ਹੈਲੋ ਨਮਸਕਾਰ ਅਦਾਬ ਪਿਆਰ ਸਤਿਕਾਰ ਅਤੇ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਗੁਰਜੀਤ ਸਿੰਘ ਵੱਲੋਂ ਤੁਹਾਡੇ ਸਭ ਦਾ ਨਿੱਘਾ ਸਵਾਗਤ ਹੈ ਜੀ ਤੁਹਾਡੇ ਆਪਣੇ ਫੇਵਰੇਟ ਸ਼ੋਅ PTC ਸੁਪਰਸਟਾਰ ਦੇ ਵਿੱਚ ਦੋਸਤੋ ਅੱਜ ਮੇਰਾ ਮਹਿਮਾਨ ਹੈ ਜੀ ਉਹ ਕਲਾਕਾਰ ਜਿਹਦੀ ਗੀਤਕਾਰੀ ਦੇ ਤਾਂ ਸਾਰੇ ਦੀਵਾਨੇ ਨੇ ਅਤੇ ਨਾਲ ਦੀ ਨਾਲ ਉਹ ਗਾਇਕ ਵੀ ਬਾ ਕਮਾਲ ਨੇ ਅਤੇ ਬਹੁਤ ਥੋੜ੍ਹੇ ਟਾਈਮ ਦੇ ਵਿੱਚ ਉਹਨਾਂ ਨੇ ਆਪਣੀ ਗੀਤਕਾਰੀ ਅਤੇ ਗਾਇਕੀ ਦੇ ਨਾਲ ਸਭ ਦਾ ਮਨ ਮੋਹ ਲਿਆ ਜੀ ਅਤੇ ਉਹ ਸਭ ਦਾ ਮਨ ਮੋਹ ਲੈਣ ਵਾਲਾ ਕਲਾਕਾਰ ਸੁਪਰਸਟਾਰ ਹੈ ਜੀ ਹੈਪੀ ਰਾਇਕੋਟੀ ਆਓ ਫਿਰ ਕਰਦੇ ਹਾਂ ਉਹਨਾਂ ਨਾਲ ਖਾਸ ਮੁਲਾਕਾਤ PTC ਸੁਪਰਸਟਾਰ ਵਿੱਚ ਹੈਪੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ PTC ਸੁਪਰਸਟਾਰ ਵਿੱਚ ਤੁਹਾਡਾ ਥੈਂਕ ਯੂ ਬਾਈ ਥੈਂਕ ਯੂ ਜੀ ਅਤੇ ਅੱਜ ਬੜੀ ਖੁਸ਼ੀ ਹੋ ਰਹੀ ਹੈ ਕਿ ਤੁਹਾਨੂੰ ਦੇਖ ਕੇ ਇਸ ਸ਼ੋਅ ਦੇ ਵਿੱਚ ਖਾਸ ਤੌਰ 'ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਬਾਈ ਮੈਂ ਇੱਥੇ ਬੈਠਾ ਅਤੇ ਸੁਪਰਸਟਾਰ ਇੱਕ ਆਪਣੇ ਆਪ ਜਿਹੜਾ ਮੈਡਲ ਮਿਲਦਾ ਹੈਗਾ ਕਿ ਨਹੀਂ ਹਾਂਜੀ ਜਿਹੜਾ ਨਾਮ ਮਿਲਣਾ ਉਹ ਬਹੁਤ ਵੱਡੀ ਚੀਜ਼ ਆ ਮੇਰੇ ਖਿਆਲ ਵਿੱਚ ਅਤੇ ਤੁਸੀਂ ਇੰਨੀ ਛੋਟੀ ਉਮਰ ਦੇ ਵਿੱਚ ਮੈਂ ਕਹਿ ਸਕਦਾ ਕਿ ਤੁਸੀਂ ਇੱਕ ਨਹੀਂ ਦੋ ਕੈਟੇਗਰੀ ਦੇ ਵਿੱਚ ਨਾ ਸਿਰਫ ਗੀਤਕਾਰੀ ਦੇ ਵਿੱਚ ਬਲਕਿ ਗਾਇਕੀ ਦੇ ਵਿੱਚ ਵੀ ਨਾਮ ਖੱਟ ਲਿਆ ਹੁਣ ਤਾਂ ਨਹੀਂ ਬਿਲਕੁਲ ਬਾਈ ਬਾਬਾ ਜੀ ਕਰਦੇ ਨੇ ਜੀ ਸਾਰੀ ਮਿਹਨਤ ਆਪਾਂ ਮਿਹਨਤ ਕਰ ਸਕਦੇ ਹਾਂ ਬਾਈ ਆਪਾਂ ਹੈ ਨਾ ਮਿਹਨਤ ਕੀਤੀ ਆ ਵਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਬਾਈ ਮਿਹਨਤ ਅੱਗੇ ਲੈ ਕੇ ਜਾਂਦੀ ਆ ਬਾਕੀ ਆਸ਼ੀਰਵਾਦ ਹੁੰਦਾ ਮਾਂ ਪਿਓ ਦਾ ਸਹੀ ਆ ਮਾਲਕ ਦੀਆਂ ਦੁਆਵਾਂ ਨੇ ਇੱਥੇ ਤੱਕ ਪਹੁੰਚ ਗਏ ਤੇ ਫੀਲ ਕਿਹੋ ਜਿਹਾ ਹੁੰਦਾ ਆਲ ਇਨ ਆਲ ਮਤਲਬ ਖੁਆਬੀ ਦੁਨੀਆ ਜਿਹੜੀ ਆਪਾਂ ਦੇਖਦੇ ਹੁੰਦੇ ਸੀਗੇ ਜਦ ਸਾਕਾਰ ਹੁੰਦੇ ਆ ਸੁਪਨੇ ਹੌਲੀ ਹੌਲੀ ਜੇ ਕਿ ਨਹੀਂ ਹਲੇ ਵੀ ਚੱਲ ਰਿਹਾ ਸਫ਼ਰ ਚੱਲ ਰਿਹਾ ਬਾਈ ਇੱਦਾਂ ਬਾਈ ਮੈਨੂੰ ਮੈਂ ਗੱਲ ਕਰਦਾ ਹੁੰਦਾ ਵੀ ਜਿਹੜੀਆਂ ਚੀਜ਼ਾਂ ਆਪਾਂ ਸੋਚਦੇ ਹਾਂ ਉਹ ਘੱਟ ਹੁੰਦੀਆਂ ਨੇ ਕਈ ਅਣਸੋਚੀਆਂ ਚੀਜ਼ਾਂ ਮਿਲਦੀਆਂ ਨੇ ਹੁਣ ਮੈਨੂੰ ਅਣਸੋਚੀਆਂ ਚੀਜ਼ਾਂ ਮਿਲ ਰਹੀਆਂ ਨੇ ਅੱਛਾ ਤੇ ਬਹੁਤ ਜ਼ਿਆਦਾ ਖੁਸ਼ ਹਾਂ ਜਾਣੀ ਕਿ ਜ਼ਿਆਦਾ ਖੁਸ਼ ਛੋਟਾ ਸ਼ਬਦ ਲੱਗਦਾ ਵੀ ਮੈਂ ਕਹਿਣ ਲਈ ਹੈ ਨਾ ਵੀ ਮੈਂ ਕਿੰਨਾ ਖੁਸ਼ ਹਾਂ ਅਤੇ ਸੋਚਿਆ ਕੀ ਸੀਗਾ ਫਿਰ ਜਿਹੜਾ ਮਿਲਿਆ ਉਹ ਤਾਂ ਚਲੋ ਮੈਂ ਸਮਝ ਸਕਦਾ ਵੀ ਤੁਸੀਂ ਕਹਿੰਦੇ ਅਣਸੋਚਿਆ ਮਿਲਿਆ ਪਰ ਸੋਚਿਆ ਕੀ ਸੀਗਾ ਨਹੀਂ ਸੋਚ ਬਈ ਇੱਦਾਂ ਹੁੰਦੀ ਵੀ ਕਈ ਗੀਤਕਾਰੀ ਆ ਹੈ ਨਾ ਜਾਂ ਕਲਾਕਾਰੀ ਆ ਤੁਸੀਂ ਗਾਉਣ ਲੱਗਦੇ ਹੋ ਲਿਖਣ ਲੱਗਦੇ ਹੋ ਹੈ ਨਾ ਮੈਂ ਲਿਖਣ ਤੋਂ ਪਹਿਲਾਂ ਵੀ ਗਾਉਂਦਾ ਸੀ ਓਕੇ ਹਾਂ ਮੈਂ ਆਪ ਗਾਉਂਦਾ ਹੁੰਦਾ ਸੀ ਜਾਣੀ ਕਿ ਇੱਦਾਂ ਪ੍ਰੋਫੈਸ਼ਨਲੀ ਮੇਰਾ ਕੋਈ ਗਾਣਾ ਨਹੀਂ ਸੀ ਆਇਆ ਪਰ ਮੈਂ ਗਾਉਂਦਾ ਹੀ ਹੁੰਦਾ ਸੀ ਜਿਹੜੇ ਗਾਣੇ ਮੈਂ ਕੋਈ ਲਿਖਣ ਦੀ ਟਰਾਈ ਕਰਦਾ ਹੁੰਦਾ ਸੀ ਪਰ ਮੈਂ ਗਾਉਂਦਾ ਹੁੰਦਾ ਸੀ ਪਹਿਲਾਂ ਅੱਛਾ ਜੀ ਅਤੇ ਉਹ ਗਾਉਣ ਵਾਲਾ ਕੰਮ ਬਾਈ ਖਾਸਾ ਮਹਿੰਗਾ ਤੁਹਾਨੂੰ ਪਤਾ ਇੰਨਾ ਉਦੋਂ ਹੋਣਾ ਨਹੀਂ ਸੀਗਾ ਆਪਣੇ ਆਪ ਤੋਂ ਵੀ ਹੈ ਨਾ ਸੋ ਲਿਖਣ ਵਾਲੀ ਟਰਾਈ ਕੀਤੀ ਥੋੜ੍ਹਾ ਥੋੜ੍ਹਾ ਓਕੇ ਹੌਲੀ ਹੌਲੀ ਕਿਸੇ ਦੇ ਗਾਣੇ ਸੁਣਨੇ ਸੁਣ ਕੇ ਉਹਨਾਂ ਨੂੰ ਆਪਣੇ ਵੱਲੋਂ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਨਾ ਅੱਛਾ ਜੀ ਕਈ ਗਾਣੇ ਇੱਦਾਂ ਦੇ ਹੁੰਦੇ ਸੀ ਫਿਰ ਉਹ ਮਾਲਕ ਨੇ ਬਾਈ ਜਦੋਂ ਜੋ ਕਰਨਾ ਹੈ ਨਾ ਉਹ ਪਤਾ ਨਹੀਂ ਲੱਗਦਾ ਸੋ ਗੀਤਕਾਰੀ ਵੱਲ ਪਹਿਲਾਂ ਹੈਗੇ ਅੱਛਾ ਮਤਲਬ ਇੱਧਰ ਗੀਤਕਾਰੀ ਵੱਲ ਸ਼ੌਂਕ ਨਹੀਂ ਸੀਗਾ ਨਾ ਸੋਚਿਆ ਸੀ ਨਾ ਹਾਂ ਇੱਧਰ ਇਹ ਵੀ ਹਾਲਾਤ ਨੇ ਤੁਹਾਨੂੰ ਇੱਧਰ ਭੇਜਦਾ ਕਿਤੇ ਨਾ ਕਿਤੇ ਨਹੀਂ ਇਹ ਕਹਿ ਸਕਦੇ ਹਾਂ ਹਾਂਜੀ ਹਾਂਜੀ ਬਾਈ ਤੇ ਪਹਿਲਾ ਗੀਤ ਜਿਹੜਾ ਆਪਣੀ ਕਲਮ ਰਾਹੀਂ ਲਿਖਿਆ ਸੀਗਾ ਤੁਸੀਂ ਬੇਸ਼ੱਕ ਆਇਆ ਬਾਅਦ ਵਿੱਚ ਹੋਵੇ ਜਾਂ ਆਇਆ ਨਹੀਂ ਹੈਗਾ ਤੁਸੀਂ ਕਹਿ ਸਕਦੇ ਹੋ ਕਿ ਨਹੀਂ ਪਹਿਲਾ ਗੀਤ ਕਿਹੜਾ ਸੀਗਾ ਜਿਹੜਾ ਫੁੱਲ ਫਲੈਜ ਤਿਆਰ ਕਰ ਲਿਆ ਸੀਗਾ ਮਤਲਬ ਬਾਈ ਮੈਨੂੰ ਗੀਤ ਨਹੀਂ ਯਾਦ ਹੈਗਾ ਸੱਚੀ ਮੈਂ ਦੱਸਦਾ ਨਾ ਕਿਉਂਕਿ ਮੈਨੂੰ ਮੈਂ ਸੱਚੀ ਕਹਿਣਾ ਚਾਹੁੰਦਾ ਮੈਂ ਜੀ ਜੀ ਕਿਉਂਕਿ ਨਾ ਬਾਈ ਮੈਂ ਤੁਹਾਨੂੰ ਦੱਸਿਆ ਨਾ ਵੀ ਮੈਂ ਗਾਣੇ ਸੁਣਦਾ ਹੁੰਦਾ ਸੀਗਾ ਬਾਈ ਮੈਂ ਗਾਣੇ ਸੁਣ ਸੁਣ ਕੇ ਲਿਖਦਾ ਸੀ ਉਦੋਂ ਉਹਨਾਂ ਦਿਨਾਂ 'ਚ ਇੱਕ ਗਾਣਾ ਉਹਨਾਂ ਤੋਂ ਮਿਲਿਆ ਸ਼ਾਇਦ ਉਸ ਤੋਂ ਬਾਅਦ ਦੀ ਗੱਲ ਹੋਣੀ ਆ ਪ੍ਰੀਤ ਹਰਪਾਲ ਬਾਈ ਦਾ ਇੱਕ ਗਾਣਾ ਹੁੰਦਾ ਸੀਗਾ ਮੈਂ ਚੱਲਿਆ ਪਰਦੇਸ ਨਹੀਂ ਮਾਏ ਪਰਖਣ ਆਪਣੇ ਲੇਖ ਨਹੀਂ ਮਾਏ ਹੈ ਨਾ ਅਤੇ ਉਹ ਗਾਣਾ ਮੈਂ ਸੁਣ ਕੇ ਨਾ ਉਹਦੇ ਮੈਂ ਅੰਤਰੇ ਲਿਖਣ ਦੀ ਕੋਸ਼ਿਸ਼ ਕਰਦਾ ਹੁੰਦਾ ਸੀ ਅੱਛਾ ਵੀ ਜੇ ਮੈਂ ਆਪਣੇ ਖਿਆਲ ਨਾਲ ਲਿਖਾਂ ਮੈਂ ਕੀ ਕਰ ਸਕਦਾ ਓਕੇ ਅਤੇ ਉਹ ਮੈਨੂੰ ਲੱਗਦਾ ਵੀ ਮੈਂ ਪਹਿਲਾ ਗਾਣਾ ਉੱਥੋਂ ਸ਼ੁਰੂ ਕੀਤਾ ਸੀ ਅੱਛਾ ਹਾਂ ਨਹੀਂ ਤਾਂ ਗੀਤਕਾਰ ਆਉਂਦੇ ਨੇ ਪਹਿਲਾ ਗੀਤ ਤਾਂ ਕੋਈ ਭੁੱਲਦਾ ਨਹੀਂ ਹੈਗਾ ਡੇਟ ਟਾਈਮ ਅਤੇ ਜਿਹੜਾ ਦਿਨ ਆ ਉਹ ਵੀ ਚੇਤੇ ਰੱਖਣਾ ਉਹਨਾਂ ਨੇ ਕਿ ਨਹੀਂ ਅਤੇ ਤੁਸੀਂ ਕਹਿੰਦੇ ਯਾਰ ਮੈਂ ਖਿਆਲ 'ਚ ਨਹੀਂ ਹੈਗਾ ਮੈਨੂੰ ਹੈ ਨਹੀਂ ਬਾਈ ਮੈਨੂੰ ਮੈਂ ਵੀ ਦੱਸਦਾ ਬਾਈ ਮੈਨੂੰ ਮੈਨੂੰ ਯਾਦ ਆ ਵੀ ਮੈਂ ਇੱਕ ਵੱਖਰਾ ਆਨਸਰ ਸੁਣਨ ਨੂੰ ਮਿਲਿਆ ਮੈਨੂੰ ਇਹ ਵੀ ਮੈਂ ਇਹ ਗੀਤ ਸ਼ੁਰੂ ਕੀਤਾ ਬਾਈ ਮੈਨੂੰ ਬਾਈ ਮੈਨੂੰ ਇੱਦਾਂ ਲੱਗਦਾ ਵੀ ਸੱਚ ਬੋਲਣਾ ਜ਼ਰੂਰੀ ਹੈ ਨਾ ਮੈਂ ਐਵੇਂ ਕਹਿੰਦਾ ਅੱਛਾ ਬਾਈ ਉਹ ਮੈਂ ਲਿਖਿਆ ਸੀ ਇੱਕ ਗਾਣਾ ਮੈਂ ਕੋਈ ਹੋਰ ਗਾਣਾ ਸੁਣਾਉਂਦਾ ਹੈ ਨਾ ਨਹੀਂ ਇਹ ਗਾਣਾ ਬਾਈ ਮੈਂ ਇਸ ਗਾਣੇ ਤੋਂ ਸ਼ੁਰੂਆਤ ਕੀਤੀ ਸੀਗੀ ਵੀ ਮੈਨੂੰ ਮੈਂ ਇਹਦੇ ਅੰਤਰੇ ਆਪਣੇ ਹਿਸਾਬ ਨਾਲ ਲਿਖਣ ਦੀ ਕੋਸ਼ਿਸ਼ ਕਰਦਾ ਹੁੰਦਾ ਸੀ ਬਾਈ ਤਾਂ ਘੈਂਟ ਹੀ ਸੀਗੇ ਹੈ ਨਾ ਪ੍ਰੀਤ ਬਾਈ ਤਾਂ ਅਤੇ ਪਰ ਮੈਂ ਉਦੋਂ ਇੱਥੋਂ ਸ਼ੁਰੂ ਕੀਤਾ ਅੱਛਾ ਫਿਰ ਉਸ ਤੋਂ ਬਾਅਦ ਕੋਈ ਡਾਇਰੀ ਬਣਾਈ ਕਿਤਾਬ ਬਣਾਈ ਜਿਹਦੇ ਵਿੱਚ ਗਾਣੇ ਖਿਆਲ ਆਉਂਦੇ ਗਏ ਤੁਸੀਂ ਉਹਨਾਂ ਨੂੰ ਲਿਖਦੇ ਗਏ ਡਾਇਰੀ ਨਹੀਂ ਬਾਈ ਮੈਂ ਕਦੇ ਨਹੀਂ ਲਿਖੀ ਗਾਣੇ ਮੈਂ ਕਦੇ ਨੋਟ ਨਹੀਂ ਕੀਤੇ ਕਿਸੇ ਵੀ ਕਾਪੀ 'ਤੇ ਜਾਂ ਡਾਇਰੀ 'ਤੇ ਅੱਛਾ ਹਾਂ ਮੈਂ ਗਾਣੇ ਯਾਦ ਰੱਖਦਾ ਆਪਣੇ ਨਹੀਂ ਤਾਂ ਹੁਣ ਜੇ ਕੋਈ ਮੰਗਦਾ ਹੈਗਾ ਕੋਈ ਸਿੰਗਰ ਮੰਗਦਾ ਨਵਾਂ ਉੱਭਰਦਾ ਕਹਿੰਦਾ ਯਾਰ ਪੈਸੇ ਚੱਕ ਬਾਈ ਤੂੰ ਗਾਣਾ ਦੇਣਾ ਸਾਨੂੰ ਫਿਰ ਉਹਨੂੰ ਮਤਲਬ ਉਹ ਕੋਈ ਗਾਣਾ ਪਹਿਲਾਂ ਲਿਖਿਆ ਹੁੰਦਾ ਜਾਂ ਫਿਰ ਔਨ ਦਾ ਸਪੋਟ ਉਹਦੇ ਲਈ ਲਿਖ ਕੇ ਦਿੰਦੇ ਹੋ ਫਿਰ ਨਹੀਂ ਪਹਿਲਾਂ ਤਾਂ ਬਾਈ ਮੈਂ ਵੋਕਲ ਸੁਣਦਾ ਅੱਛਾ ਕੋਈ ਵੀ ਸਿੰਗਰ ਜੇ ਨਵਾਂ ਆਇਆ ਤਾਂ ਹੈ ਨਾ ਓਕੇ ਵੀ ਜਿਹੜਾ ਪਹਿਲੀ ਵਾਰੀ ਆਉਣਾ ਚਾਹੁੰਦਾ ਠੀਕ ਹੈ ਪਹਿਲਾਂ ਮੈਂ ਉਹਦੀ ਆਵਾਜ਼ ਸੁਣਦਾ ਹੁਣ ਅੱਜ ਕੱਲ੍ਹ ਤਾਂ ਸੌਖਾ ਹੋ ਗਿਆ ਵਟਸਐਪ ਚੱਲ ਪਿਆ ਹਾਂਜੀ ਹਾਂ ਅਗਲੇ ਨੂੰ ਕਹਿ ਦਿੰਦਾ ਬਾਈ ਵਟਸਐਪ ਕਰ ਦਿਓ ਵੋਕਲ ਹੈ ਨਾ ਠੀਕ ਅਤੇ ਵੋਕਲ ਸੁਣ ਲਈ ਦੀ ਆ ਬਾਈ ਜੇ ਚੰਗਾ ਲੱਗੇ ਜੇ ਕੋਈ ਪੁਰਾਣਿਆਂ 'ਚੋਂ ਗਾਣਾ ਲੱਗਦਾ ਵੀ ਇਹ ਉਹ ਵਧੀਆ ਗਾ ਸਕਦਾ ਤਾਂ ਉਹਦੇ 'ਤੇ ਤਾਂ ਫਿਰ ਨਹੀਂ ਜੇ ਕੋਈ ਹੋਰ ਉਹਨੂੰ ਕਈ ਵਾਰੀ ਸਿੰਗਰ ਨੂੰ ਇੱਦਾਂ ਹੁੰਦਾ ਵਾ ਵੀ ਬਾਈ ਮੈਨੂੰ ਉੱਦਾਂ ਦਾ ਗਾਣਾ ਚਾਹੀਦਾ ਹੁਣ ਉੱਦਾਂ ਦਾ ਤਾਂ ਨਹੀਂ ਲਿਖ ਹੋ ਸਕਦਾ ਹੈ ਨਾ ਪਰ
ਫਿਰ ਗੀਤਕਾਰੀ ਇੱਦਾਂ ਹੋ ਗਿਆ, ਗੀਤਕਾਰੀ ਗਾਣੇ ਚੱਲਣ ਲੱਗ ਗਏ, ਬਾਬੇ ਦੀ ਕਿਰਪਾ ਦਾ ਨਾਮ ਜਿਹਾ ਬਣ ਗਿਆ, ਹੈ ਨਾ। ਨਹੀਂ, ਗਾਇਕੀ ਮਤਲਬ ਕਿਤੋਂ ਇੰਸਪੀਰੇਸ਼ਨ ਮਿਲੀ, ਕਿਹਨੂੰ ਸੁਣ ਕੇ ਤੁਹਾਨੂੰ ਆਇਆ ਵੀ ਯਾਰ ਮੈਂ ਗਾਇਕੀ ਵੱਲ ਜਾਵਾਂ, ਜਾਂ ਉਹ ਕਿਹੜੀ ਕਲਾਸ ਵਿੱਚ ਸੀਗੇ ਜਦੋਂ ਕਿਸੇ ਨੇ ਸੁਣ ਕੇ ਕਹਿਤਾ ਵੀ ਯਾਰ ਮੁੰਡੇ ਸੋਹਣਾ ਗਾਉਣਾ ਯਾਰ ਤੂੰ? ਬਈ ਮੈਂ ਸੱਤਵੀਂ 'ਚ ਪੜ੍ਹਦਾ ਸੀਗਾ, ਹਾਂ, ਸਰਕਾਰੀ ਐਲੀਮੈਂਟਰੀ ਸਕੂਲ, ਅੱਛਾ ਜੀ, ਰਾਏਕੋਟ, ਹਾਂ ਹਾਂ। ਅਤੇ ਉੱਥੇ ਮੈਂ ਪੜ੍ਹਦਾ ਹੁੰਦਾ ਸੀ, ਉੱਥੇ ਨਾ ਮੈਨੂੰ ਭੰਗੜੇ ਦਾ ਸ਼ੌਂਕ ਹੁੰਦਾ ਸੀ ਨਾਲ ਨਾਲ, ਮੈਂ ਜੂਨੀਅਰ ਭੰਗੜਾ ਵੀ ਪਾਉਂਦਾ ਰਿਹਾ, ਹੈ ਨਾ। ਕੀ ਬਾਤ ਹੈ। ਅਤੇ ਮੈਂ ਭੰਗੜਾ ਪਾਉਣਾ ਸੀਗਾ, ਸਾਡੇ ਉਹ ਸੀਗਾ, ਸਾਡਾ ਐਲੀਮੈਂਟਰੀ ਸਕੂਲ ਸੀ ਨਾ, ਅੱਠਵੀਂ ਤੱਕ ਹੀ ਸੀਗਾ ਉਹ। ਅੱਛਾ ਜੀ। ਅਤੇ ਅੱਠਵੀਂ ਨੂੰ ਅਸੀਂ ਫੇਅਰਵੈਲ ਪਾਰਟੀ ਦੇਣੀ ਸੀ। ਓਕੇ। ਅਤੇ ਉੱਥੇ ਅਸੀਂ ਭੰਗੜਾ ਪਾਉਣਾ ਸੀਗਾ, ਅਤੇ ਭੰਗੜਾ ਪਾਉਣਾ ਸੀ ਉੱਥੇ, ਮੈਂ ਭੰਗੜਾ ਕਰ ਰਿਹਾ ਸੀਗਾ ਅਤੇ ਨਾਲ ਇੱਕ ਮੁੰਡੇ ਨੇ ਗਾਣਾ ਗਾਉਣਾ ਸੀਗਾ, ਅਤੇ ਉਹਨੂੰ ਗਾਣਾ ਕਿਹਾ ਮੈਡਮ ਨੇ ਗਾਉਣ ਲਈ, ਅਸਾਨੂੰ ਮਾਣ ਵਤਨਾਂ ਦਾ, ਹਰਭਜਨ ਬਾਈ ਹੋਣਾ ਦੀ ਫਿਲਮ ਦਾ, ਹੈ ਨਾ ਜੀ ਜੀ। ਅਤੇ ਉਹ ਗਾਈ ਜਾਂਦਾ ਸੀਗਾ, ਉਹ ਹੌਲੀ ਹੌਲੀ ਗਾ ਕੇ ਸੁਣਾਉਂਦਾ ਸੀ ਮੈਡਮ ਨੂੰ, ਹੈ ਨਾ। ਅਤੇ ਮੈਂ ਉਹੀ ਕੋਨਫੀਡੈਂਟ ਰਹਿੰਦਾ ਹੁੰਦਾ ਸੀ ਗਾਉਣ ਕਰਨ ਦਾ, ਹੈ ਨਾ। ਮੈਂ ਉਹਨੂੰ ਕਿਹਾ ਮੈਂ ਨਹੀਂ, ਤੂੰ ਇੱਦਾਂ ਗਾ, ਮੈਂ ਉਹਨੂੰ ਜਿਵੇਂ ਆਪਣੇ ਵੱਲੋਂ ਵੀ, ਹੈ ਨਾ, ਵੀ ਉੱਚੀ ਉੱਚੀ ਗਾ ਤੂੰ ਯਾਰ। ਅਤੇ ਉਹ ਤੋਂ ਪਤਾ ਨਹੀਂ ਉਹਨੇ ਗਾਇਆ ਨਹੀਂ ਵਿਚਾਰੇ ਨੇ, ਕਿਉਂ ਮੈਨੂੰ ਮੈਡਮ ਕਹਿੰਦੇ ਫਿਰ ਤੂੰ ਗਾ ਦੇ, ਹੈ ਨਾ। ਅੱਛਾ ਜੀ। ਫਿਰ ਮੈਂ ਉਦੋਂ ਗਾਣਾ ਗਾਇਆ, ਅਤੇ ਉਸ ਤੋਂ ਬਾਅਦ ਫਿਰ ਇੱਦਾਂ ਹੀ। ਕਿਆ ਬਾਤ ਹੈ, ਆਸਾਨ ਮਾਣਵਤਨ। ਜਿਹੜੇ ਤੁਹਾਡੇ ਜਵਾਬ ਆ ਰਹੇ ਨਾ, ਬੜੇ ਮਿੱਠੇ ਮਿੱਠੇ ਆ ਰਹੇ, ਕੋਈ ਕਹਿ ਨਹੀਂ ਸਕਦਾ ਕਿ ਹੈਪੀ ਰਾਏ। ਅੱਛਾ, ਆਹ ਬਾਈ ਹੈ, ਕਈ ਦੇਖਣ ਗਏ ਨਹੀਂ, ਹੁਣ ਤਾਂ ਚਲੋ ਸਾਹਮਣੇ ਆ ਗਏ, ਤੁਸੀਂ ਗੀਤਾਂ ਦੇ ਰਾਹੀਂ ਆਪਣੇ ਸੌਂਗਸ ਗਾ ਰਹੇ ਹੋ, ਜਦੋਂ ਪਹਿਲਾਂ ਐਜ਼ ਆ ਇੱਕ ਰਾਈਟਰ, ਇੱਕ ਲਿਰਿਸਿਸਟ ਤੁਸੀਂ ਸਾਹਮਣੇ ਸੀਗੇ, ਤਾਂ ਉਦੋਂ ਜੇ ਤੁਹਾਨੂੰ ਕੋਈ ਦੇਖਦਾ, ਅੱਛਾ ਯਾਰ ਇਹ ਬਾਈ ਨੇ ਐਡੇ ਬੜੇ ਬੜੇ ਗਾਣੇ ਲਿਖਤੇ, ਵਹਿਮ ਵਰਗਾ ਗਾਣਾ ਲਿਖਤਾ ਕਿ ਨਹੀਂ? ਸੋ ਅੱਛਾ, ਨਾਮ ਤਾਂ ਤੁਹਾਡਾ ਹੁਣ ਹਰ ਦੀ ਜ਼ਬਾਨ 'ਤੇ ਹੈਗਾ ਹੀ ਹੈ ਵੀ ਯਾਰ, ਨਵੇਂ ਰਾਈਟਰ ਕਹਿੰਦੇ ਯਾਰ ਮੈਂ ਹੈਪੀ ਰਾਏਕੋਟੀ ਵਰਗ ਬਣਨਾ ਚਾਹੁੰਦਾ, ਗੀਤਕਾਰ ਜਿਹੜੇ ਸਿੰਗਰ ਹੈਗੇ ਨੇ ਉਹ ਤੁਹਾਡੇ ਗਾਣੇ ਲੈਣੇ ਚਾਹੁੰਦੇ ਆ, ਪਰ ਤੁਹਾਨੂੰ ਕੀ ਲੱਗਦਾ ਕਿਹੜਾ ਇੱਕ ਗੀਤ ਸੀਗਾ ਜਿਹਨੇ ਹੈਪੀ ਰਾਏਕੋਟ ਦਾ ਨਾਮ ਮਤਲਬ ਸਾਰਿਆਂ ਸਾਹਮਣੇ ਲੈ ਕੇ ਆਉਂਦਾ, ਹਾਈਲਾਈਟ ਕੀਤਾ? ਗਾਣੇ ਬਾਈ ਇੱਦਾਂ ਹੀ ਸਾਰੇ ਚੱਲਦੇ ਰਹੇ ਨੇ, ਮੈਨੂੰ ਵਹਿਮ ਗਾਣਾ ਹੀ ਲੱਗਦਾ ਇੱਦਾਂ ਦਾ। ਅੱਛਾ। ਵੀ ਜਿੱਥੋਂ ਇੱਕ ਹੈਪੀ ਰਾਏਕੋਟੀ ਅਗਲਾ ਕਹਿਣ ਲੱਗੇ ਸੀ, ਅੱਛਾ ਯਾਰ ਵਧੀਆ ਲੱਗਦਾ, ਹੈ ਨਾ, ਕਿਉਂਕਿ ਗਾਣੇ ਪਹਿਲਾਂ ਵੀ ਉਸ ਤੋਂ ਪਹਿਲਾਂ ਮੇਰੇ ਆਏ ਸੀਗੇ, ਪਰ ਵਹਿਮ ਗਾਣਾ ਯਾਰ ਉਹ ਬਹੁਤ, ਉਹਨੇ ਉਹਨੇ ਇੱਕ ਹੈਪੀ ਰਾਏਕੋਟੀ ਦੀ ਇਮੇਜ ਹੋਰ ਬਣਾਤੀ ਸੀ। ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਸੂਝਵਾਨ ਜਾ ਮਤਲਬ ਰਾਈਟਰ ਮੇਰੇ ਕੋਲ ਬਣਾਤਾ ਹੈ ਕਿ ਨਹੀਂ। ਬਾਬੇ ਨੇ ਐਡਾ ਸੋਹਣਾ ਗਾਣਾ ਝੋਲੀ ਪਾਇਆ, ਬਹੁਤ ਘੈਂਟ ਹੈ। ਆਪਾਂ ਸੁਣਨ ਲਈ ਪਹਿਲਾਂ ਫਿਰ ਅੱਗੇ ਵੱਧਦੇ ਹਾਂ ਹੌਲੀ ਹੌਲੀ। ਹਾਂਜੀ। ਹਾਂ ਹਾਂ, ਕੋਠੇ ਚੜ ਚੜ ਪਟਿਆ ਸੀ ਜਿਨੇ ਕਮਲਾ ਦਿਲ ਯਾਰਾਂ ਦਾ, ਖੜਕਾ ਕੇ ਕੁੰਡਾ ਭੱਜ ਗਈ ਮੇਰੇ ਦਿਲ ਦੇ ਅਤਬਾਰਾਂ ਦਾ, ਫੁੱਲਾਂ ਵਾਂਗੂ ਭਾਵੇਂ ਖਿੜੀ ਫਿਰਦੀ ਦੁਪਹਿਰ 'ਚ, ਹਿਜ਼ਰ ਤੇਰੇ ਨੂੰ ਤਾਂ ਵੀ ਮਾਣਦੀ ਤਾਂ ਹੈ, ਮੁਖੜਾ ਘੁਮਾ ਕੇ ਇੱਕ ਵਹਿਮ ਦੂਰ ਕਰ ਗਈ ਕਿ ਹਾਲੇ ਤੱਕ ਦਿਲਾ ਤੈਨੂੰ ਜਾਣਦੀ ਤਾਂ ਹੈ, ਮੁਖੜਾ ਘੁਮਾ ਕੇ। ਕੀ ਬਾਤ ਹੈ ਜੀ, ਕੀ ਬਾਤ ਹੈ। ਰੋਸ਼ਨ ਬਾਈ ਜਿੰਨਾ ਸੋਹਣਾ ਤਾਂ ਨਹੀਂ ਮੈਂ ਗਾਉਂਦਾ, ਪਰ ਗਾਣਾ ਨਹੀਂ ਵਾਕੇ। ਅੱਛਾ, ਹੁਣ ਗਾਉਣ ਦੀ ਵੀ ਗੱਲ ਹੋਈ ਹੈ, ਤਾਂ ਕਦੋਂ ਤੁਹਾਨੂੰ ਫਿਰ ਲੱਗਿਆ ਵੀ ਹੁਣ, ਜਾਂ ਕਹਿ ਲਓ ਵੀ ਪੈਸੇ ਇਕੱਠੇ ਹੋ ਗਏ, ਜਦੋਂ ਤੁਸੀਂ ਕਿਹਾ ਵੀ ਪੈਸੇ ਦਿੱਕਤ ਸੀਗੀ ਮੈਂ ਤਾਂ ਗੀਤਕਾਰੀ ਵਾਲੇ ਆ, ਵੀ ਹੁਣ ਆਪਾਂ ਭਰਪੂਰ ਹੋ ਗਿਆ, ਖਜ਼ਾਨੇ ਭਰਪੂਰ ਆ, ਹੁਣ ਆਪਾਂ ਗਾਇਕੀ ਵੱਲ ਆ ਜੀ, ਉਹ ਕਦੋਂ ਮਹਿਸੂਸ ਹੋਇਆ? ਬਈ ਗਾਣੇ ਕਾਫੀ ਆ ਗਏ ਸੀਗੇ, ਕਾਫੀ ਗਾਣੇ ਆ ਚੁੱਕੇ ਸੀਗੇ, ਅਤੇ ਇੱਦਾਂ ਸੋਚਦੇ ਹੁੰਦੇ ਸੀ ਵੀ ਗਾਉਣਾ ਤਾਂ ਹੈਗਾ ਹੀ ਆ, ਹੈ ਨਾ, ਜੋ ਮਰਜ਼ੀ ਹੋ ਜਾਵੇ ਵੀ ਇੱਕ ਦਿਨ ਤਾਂ ਗਾਉਣ ਲੱਗਾ ਹੈ ਨਾ। ਹਾਂਜੀ। ਫਿਰ ਬਈ ਮੈਂ ਨਾ ਇੱਕ ਗਾਣਾ ਬਣਾਇਆ ਸੀ ਜਾਨ, ਮੈਂ ਕਦੇ ਵੀ ਆਪਣੇ ਆਪ 'ਤੇ ਨਾ ਬਹੁਤ ਜ਼ਿਆਦਾ ਭਰੋਸਾ ਨਹੀਂ ਕਰਦਾ ਵੀ ਮੈਂ ਤਾਂ ਸਿਰਾ ਕਰ ਦੂੰ, ਮੈਂ ਇੱਦਾਂ ਕਦੇ ਨਹੀਂ ਸੋਚਦਾ। ਮੈਂ ਸਾਰਿਆਂ ਨੂੰ ਪੁੱਛਿਆ, ਸਾਰੇ ਜਿੰਨੇ ਵੀ ਮੇਰੇ ਆਰਟਿਸਟ ਨੇ, ਮੇਰੇ ਮਿੱਤਰ ਆ ਨਾ ਸਾਰੇ, ਮੈਂ ਸਾਰਿਆਂ ਨੂੰ ਉਹ ਗਾਣਾ ਸੁਣਾਇਆ ਜਾਨ। ਓਕੇ। ਅਤੇ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ, ਅਤੇ ਰੋਸ਼ਨ ਬਾਈ ਨੇ ਖਾਸੀ ਮੇਰੀ ਮਦਦ ਕੀਤੀ ਉਦੋਂ। ਅੱਛਾ ਜੀ। ਬਾਈ ਕਹਿੰਦਾ ਵੀ ਯਾਰ ਵੀ ਇਹ ਗਾਣਾ ਤੂੰ ਕਰ ਲਾ, ਕਈ ਵਾਰੀ ਇੱਦਾਂ ਹੁੰਦਾ ਵੀ ਆਰਟਿਸਟ ਕਹਿੰਦਾ ਆਹ ਗਾਣਾ ਤਾਂ ਮੈਂ ਕਰ ਲੈਂਦਾ, ਪਰ ਰੋਸ਼ਨ ਬਾਈ ਮੈਨੂੰ ਕਹਿੰਦਾ ਯਾਰ ਇਹ ਗਾਣਾ ਤੂੰ ਕਰ, ਵੀ ਬਹੁਤ ਵਧੀਆ ਗਾਣਾ, ਵੀ ਜਿੱਥੇ ਮੇਰੀ ਲੋੜ ਹੈ ਮੈਨੂੰ ਦੱਸਿਆ। ਓਕੇ। ਫਿਰ ਅਸੀਂ ਉਹ ਗਾਣਾ ਰਿਕਾਰਡ ਕੀਤਾ, ਅਤੇ ਉਹ ਗਾਣਾ ਆਇਆ ਜਦੋਂ ਅਸੀਂ ਬਣਾਇਆ ਸੀ ਉਸ ਤੋਂ ਘੱਟੋ ਘੱਟ 9-10 ਮਹੀਨੇ ਬਾਅਦ ਆਇਆ। ਓਕੇ। ਪਰ ਜਦੋਂ ਆਇਆ ਉਹਨੇ ਸਾਰੇ ਭੁਲੇਖੇ ਕੱਢਤੇ, ਸਾਰੇ ਭੁਲੇਖੇ ਕੱਢਦਾ ਜੀ, ਵਾਕਿਆ ਬਹੁਤ ਵਧੀਆ ਮਾਲਾ ਪਾ ਗਏ। ਅੱਛਾ, ਆਪਾਂ ਹੁਣ ਬ੍ਰੇਕ ਲੈਣੀ ਹੈ, ਪਰ ਬ੍ਰੇਕ ਤੋਂ ਪਹਿਲਾਂ ਆਪਾਂ, ਮੈਂ ਚਾਹੁੰਦਾ ਕਿ ਆ ਜਾਨ ਜਿਹੜਾ ਗੀਤ ਆ ਆਪਾਂ ਉਹ ਵੀ ਸੁਣ ਲਈਏ। ਜੀ ਬਈ। ਹਾਂਜੀ। ਸੱਜਣਾ ਵੇ ਅਜ਼ਮਾਨਾ ਮੈਨੂੰ ਕਾਲੀਆਂ ਰਾਤਾਂ 'ਚ, ਮੈਥੋਂ ਨਾ ਵੀ ਨਹੀਂ ਹੋਣੀ ਮੇਰੀ ਹਾਂ ਤੂੰ, ਮੈਂ ਜਾਨ ਨੂੰ ਛੱਡ ਕੇ ਦੱਸ ਤੇਰੇ ਲਈ ਕੀ ਕਰ ਸਕਦੀਆਂ, ਜਾਨ ਨੂੰ ਛੱਡ ਕੇ ਦੱਸ ਤੇਰੇ ਲਈ ਕੀ ਕਰ ਸਕਦੀਆਂ, ਮੈਂ ਜਾਨ ਨਹੀਂ ਦੇਣੀ ਮੇਰੀ ਜਾਨ ਤੂੰ, ਮੈਂ
ਵੇ ਮੇਰੀ ਜਾਨ ਤੂੰ ਹੈ, ਵੇ ਮੇਰੀ ਜਾਨ ਤੂੰ ਹੈ। ਕੀ ਬਾਤ ਹੈ ਜੀ, ਬਹੁਤ ਖੂਬ। ਵੈਲ ਦੋਸਤੋ, ਹੈਪੀ ਰਾਏਕੋਟੀ ਬਾਈ ਨਾਲ ਆਪਾਂ ਗੱਲਾਂ ਬਾਤਾਂ ਸਿਲਸਿਲਾ ਸ਼ੁਰੂ ਕੀਤਾ ਜੀ। ਇਹਨਾਂ ਦੀ ਸਟਰਗਲ ਦਾ ਕੁਝ ਹਿੱਸਾ ਉਹਦੇ ਬਾਰੇ ਵੀ ਆਪਾਂ ਇਹਨਾਂ ਤੋਂ ਪੁੱਛਾਂਗੇ ਕਿਹੋ ਜਾ ਰਿਹਾ ਸੀਗਾ ਉਹ ਸਟਰਗਲ ਦਾ ਹਿੱਸਾ, ਅਤੇ ਨਾਲ ਦੀ ਨਾਲ ਸੱਤ ਕਨਾਲਾਂ ਜੋ ਇਹਨਾਂ ਦੀ ਨਵੀਂ ਐਲਬਮ ਆ ਰਹੀ ਉਹਦੇ ਬਾਰੇ ਵੀ ਆਪਾਂ ਗੱਲਾਂ ਕਰਨੀਆਂ। ਤੁਸੀਂ ਕਿਤੇ ਨਾ ਜਾ ਜੀ, ਇੱਕ ਨਿੱਕੀ ਜਿਹੀ ਬ੍ਰੇਕ, ਫਿਰ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਬੇਲੀਓ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵੇਖ ਰਹੇ ਹੋ ਤੁਸੀਂ PTC ਸੁਪਰਸਟਾਰ 'ਤੇ ਮੁਲਾਕਾਤ ਕਰ ਰਹੇ ਹਾਂ ਅੱਜ ਆਪਾਂ ਸੁਪਰਸਟਾਰ ਹੈਪੀ ਰਾਏਕੋਟੀ ਦੇ ਨਾਲ। ਰਾਏਕੋਟ ਵਾਲੇ ਕਿੱਦਾਂ ਦਾ ਮਹਿਸੂਸ ਕਰਦੇ ਫਿਰ ਜਦੋਂ ਸੁਪਰਸਟਾਰ ਦਾ ਹੁਣ ਤੁਹਾਨੂੰ ਇਹ ਟਾਈਟਲ ਮਿਲ ਗਿਆ? ਇੱਕ ਰਾਏਕੋਟ ਵਾਲੇ ਬਾਈ ਬਹੁਤ ਵਧੀਆ ਮਹਿਸੂਸ ਕਰਦੇ ਨੇ। ਹਾਂ, ਕਹਿੰਦੇ ਹੁੰਦੇ ਆ ਵੀ, ਕਹਿੰਦੇ ਬਾਈ ਤੂੰ ਰਾਏਕੋਟ ਨੂੰ ਬਹੁਤ ਉੱਤੇ ਲੈ ਗਿਆ ਨਾ, ਇੱਦਾਂ ਕਰਤਾ। ਪਰ ਮੈਂ ਦੱਸਣਾ ਚਾਹੁੰਦਾ ਬਾਈ, ਸਾਡੇ ਸਭ ਤੋਂ ਪਹਿਲਾਂ ਰਾਏਕੋਟੀ ਸਾਹਿਬ ਸੀਗੇ, ਸਾਜਨ ਰਾਏਕੋਟੀ ਸਾਹਿਬ। ਬਿਲਕੁਲ ਬਿਲਕੁਲ, ਸਾਡੇ ਪੁਰਾਣੇ ਸਭ ਤੋਂ ਪਹਿਲੇ ਗੀਤਕਾਰ ਰਾਏਕੋਟ ਦੇ ਉਹ ਸੀਗੇ ਜੀ। ਹਾਂਜੀ ਹਾਂ ਹਾਂ, ਅਤੇ ਉਹਨਾਂ ਦੇ ਗਾਣੇ ਕਾਫੀ ਵੱਡੇ ਵੱਡੇ ਆਰਟਿਸਟਾਂ ਨੇ ਗਾਏ। ਬਿਲਕੁਲ, ਤੁਸੀਂ ਹੁਣ ਜਿਹੜਾ ਉਹਨਾਂ ਦਾ ਨਾਮ ਹੈਗਾ ਜਿਹਨਾਂ ਉਹਨਾਂ ਨੇ ਪਿੰਡ ਨੂੰ ਚੱਕਿਆ ਸੀ ਉੱਪਰ, ਜੀ ਉਸ ਤੋਂ ਬਾਅਦ ਬਾਈ ਇੰਦਾ ਰਾਏਕੋਟੀ ਬਾਈ। ਹਾਂਜੀ, ਬਾਈ ਦੇ ਗਾਣੇ ਵੀ ਆਏ। ਰਾਈਟ ਰਾਈਟ ਰਾਈਟ, ਸਹੀ ਹੈ। ਪਰ ਬਾਈ ਤਾਂ ਹੁਣ ਪ੍ਰੋਡਿਊਸਰ ਹੋ ਗਿਆ ਸੀ, ਫਿਲਮ ਪ੍ਰੋਡਿਊਸ ਕੀਤੀ ਸੀ ਬਾਈ ਉਹਨਾਂ ਨੇ ਮਿਰਜ਼ਾ। ਰਾਈਟ ਰਾਈਟ, ਉਸ ਤੋਂ ਬਾਅਦ ਬਾਈ ਹੈਪੀ ਰਾਏਕੋਟ ਤੁਹਾਡੇ ਸਾਹਮਣੇ ਦਾਸ ਬੈਠੇ ਨੇ, ਦਾਸ ਬੈਠੇ ਨੇ। ਨਹੀਂ, ਬਹੁਤ ਖੂਬ। ਅੱਛਾ, ਮੈਂ ਜ਼ਿਕਰ ਕੀਤਾ ਸੀ ਬ੍ਰੇਕ ਤੋਂ ਪਹਿਲਾਂ ਵੀ ਸਟਰਗਲ ਦਾ ਪੀਰੀਅਡ, ਤੁਹਾਨੂੰ ਜਿਹੜਾ ਉਹ ਸਟਰਗਲ ਵਾਲਾ ਦੌਰ ਸੀ ਕਿਹੋ ਜਾ ਰਿਹਾ ਤੁਹਾਡਾ ਉਹ? ਕਿਉਂਕਿ ਇਹ ਸਵਾਲ ਜਿਹੜੇ ਵੀ ਰਾਈਟਰ ਆ ਨਾ, ਖਾਸ ਤੌਰ 'ਤੇ ਸਾਨੂੰ ਖੁਦ ਵੀ ਫੇਸਬੁੱਕ 'ਤੇ ਆ ਜਾਂਦੇ ਹਾਂ, ਹਾਲਾਂਕਿ ਅਸੀਂ ਰਾਈਟਿੰਗ ਵਾਲੀ ਲਾਈਨ ਵਿੱਚ ਨਹੀਂ ਹੈਗੇ ਕਿ ਬਈ ਅਸੀਂ ਆਪਣਾ ਗਾਣਾ ਕਿਹਨੂੰ ਦਈਏ ਅਤੇ ਕਿੱਦਾਂ ਦਈਏ। ਤੁਹਾਨੂੰ ਉਹ ਮੁਸ਼ਕਿਲਾਂ ਕਿਵੇਂ ਤੁਸੀਂ ਪਾਰ ਕੀਤੀਆਂ? ਕਿਹੜੇ ਸਭ ਤੋਂ ਪਹਿਲਾਂ ਕਲਾਕਾਰ ਨੂੰ ਮਿਲੇ ਤੁਸੀਂ? ਸਭ ਤੋਂ ਪਹਿਲਾਂ ਗਾਣਾ ਬਾਈ ਮੇਰਾ ਰੋਸ਼ਨ ਬਾਈ ਨੇ ਰਿਕਾਰਡ ਕੀਤਾ ਸੀਗਾ ਜੀ। ਅੱਛਾ, ਰੋਸ਼ਨ ਪ੍ਰਿੰਸ ਬਾਈ ਨੇ ਤੇਰੇ ਠੁਮਕੇ ਗਾਣਾ ਆਇਆ ਸੀਗਾ, ਚੱਲਿਆ ਨਹੀਂ ਸੀ। ਪਰ ਹਾਂ, ਚਲੋ ਉਹ ਗਾਣੇ ਦੀ ਕਿਸਮਤ ਹੁੰਦੀ ਹੈ ਨਾ। ਪਹਿਲਾ ਗਾਣਾ ਰੋਸ਼ਨ ਬਾਈ ਨੇ ਕੀਤਾ ਸੀ। ਇਹਦੇ ਮੇਰੇ ਇੱਕ ਫਰੈਂਡ ਸੀਗੇ ਜੀ, ਜਗਰਾਓਂ ਤੋਂ ਵਰੁਣ ਸੀ ਮੇਰਾ ਮਿੱਤਰ, ਅਤੇ ਉਹ ਰੋਸ਼ਨ ਬਾਈ ਦਾ ਲਿਹਾਜ਼ੀ ਸੀਗਾ ਕਾਫੀ। ਅੱਛਾ, ਅਤੇ ਚਲੋ ਇੱਕ ਮੈਨੂੰ ਇੱਦਾਂ ਸੀਗਾ ਵੀ ਬਾਈ ਮੈਂ ਗਾਣੇ ਕੀਤੇ ਹੋਏ ਨੇ, ਮੈਨੂੰ ਇੱਕ ਆਪਣੇ ਆਪ 'ਤੇ ਯਕੀਨ ਜ਼ਰੂਰ ਸੀਗਾ ਵੀ ਮੈਂ ਗਾਣੇ ਮੇਰੇ ਕੋਲ ਵਧੀਆ ਨੇ, ਹੈ ਨਾ, ਵੀ ਮੈਂ ਬਾਈ ਨੂੰ ਸੁਣਾਊਂਗਾ ਅਤੇ ਪਸੰਦ ਆਉਣਗੇ। ਸਹੀ ਹੈ। ਫਿਰ ਅਸੀਂ ਪਹਿਲੀ ਵਾਰੀ ਬਾਈ ਨੂੰ ਗਾਣੇ ਸੁਣਾਉਣ ਗਏ ਮੋਟਰਸਾਈਕਲ 'ਤੇ। ਅੱਛਾ, ਹਾਂ, ਵੰਗੇ ਬਾਈ ਦੇ ਘਰ ਗਏ ਸੀ। ਓਕੇ, ਫਿਰ ਬਾਈ ਨੂੰ ਮੈਂ ਗਾਣੇ ਸੁਣਾਏ, ਬਾਈ ਨੂੰ ਮੇਰੇ ਚਾਰ ਗਾਣੇ ਪਸੰਦ ਆਏ ਸੀ ਉਦੋਂ। ਅੱਛਾ, ਮੈਂ 9-10 ਗਾਣੇ ਸੁਣਾਏ ਹੋਣੇ, ਚਾਰ ਗਾਣੇ ਬਾਈ ਨੇ ਮੇਰੇ ਰੱਖ ਲਏ ਸੀਗੇ। ਠੀਕ ਹੈ। ਅਤੇ ਫਿਰ ਬਾਈ ਨੇ ਪਹਿਲਾ ਗਾਣਾ ਰਿਕਾਰਡ ਕੀਤਾ, ਫਿਰ ਇੱਕ ਨਾ ਚਾਹੇ ਉਹ ਚੱਲਿਆ ਚਾਹੇ ਨਹੀਂ ਚੱਲਿਆ, ਕਿਉਂਕਿ ਰੋਸ਼ਨ ਬਾਈ ਉਦੋਂ ਵੀ ਇੱਕ ਬਿੱਗ ਬ੍ਰਾਂਡ ਸੀ, ਹੈ ਨਾ। ਹਾਂ ਹਾਂ, ਬਿਲਕੁਲ। ਅਤੇ ਉਹ ਮੇਰੇ ਨਾਮ ਨਾਲ ਜੁੜਿਆ ਅਤੇ ਮੇਰੇ ਲਈ ਵੱਡੀ ਗੱਲ ਸੀ। ਬਿਲਕੁਲ ਬਿਲਕੁਲ, ਉੱਥੋਂ ਮਤਲਬ ਇੱਕ ਹਲਕਾ ਜਿਹਾ ਪੁਸ਼ ਫੈਕਟਰ ਮਿਲ ਗਿਆ ਤੁਹਾਨੂੰ। ਮੈਂ ਕਹਿਣ ਲੱਗ ਗਿਆ ਸੀ ਵੀ ਹਾਂਜੀ ਬਾਈ ਮੇਰਾ ਗਾਣਾ ਰੋਸ਼ਨ ਪ੍ਰਿੰਸ ਨੇ ਗਾਇਆ। ਪਰ ਉਹ ਮੋਟਰਸਾਈਕਲ 'ਤੇ ਬਹਿ ਕੇ ਬੰਗੇ ਤੱਕ ਜਾਣਾ, ਉਹ ਤਾਂ ਇੱਕ ਪਲ ਦੀ ਗੱਲ। ਸਵਾਦ ਬਾਈ, ਸਵਾਦ ਬਹੁਤ ਸਵਾਦ ਸੀ ਉਹ ਵੀ। ਅਤੇ ਉਹ ਤੋਂ ਪਹਿਲਾਂ ਜਿਹੜਾ ਦੌਰ ਰਿਹਾ ਜਦ ਨੂੰ ਰੋਸ਼ਨ ਬਾਈ ਨਹੀਂ ਮਿਲੇ ਸੀਗੇ ਸਿੰਗਰਸ ਤੱਕ ਪਹੁੰਚਣ ਦਾ, ਉਹ ਕਿਹੋ ਜਿਹਾ ਸੀ ਸਟਰਗਲ ਦਾ ਟਾਈਮ? ਉਸ ਤੋਂ ਪਹਿਲਾਂ ਬਾਈ ਐਂ ਫੋਨ ਕਰੀ ਜਾਣੇ ਸਿੰਗਰਾਂ ਨੂੰ, ਹੈ ਨਾ। ਮੈਂ ਹੁਣ ਕਹਿ ਦਿੰਦਾ ਹੁਣ ਬਾਹਲੇ ਸਿੰਗਰਾਂ ਨੂੰ ਜਿਨ੍ਹਾਂ ਨੇ ਉਦੋਂ ਇੱਦਾਂ ਜਿਹਾ ਕੀਤਾ, ਅਤੇ ਫੋਨ ਕਰਦੇ ਸੀ ਬਾਈ ਇੱਕ ਸਿੰਗਰ, ਠੀਕ ਹੈ, ਮੈਂ ਨਾਂ ਤਾਂ ਨਹੀਂ ਲੈ ਸਕਦਾ। ਅੱਛਾ, ਕਹਿੰਦਾ ਬਾਈ ਮੈਂ ਉਹਨੇ ਮੇਰੇ ਤੋਂ ਗਾਣਾ ਲੈ ਲਿਆ ਅਤੇ ਗਾਣਾ ਲੈ ਕੇ ਰੱਖਿਆ 2-3 ਮਹੀਨੇ ਨਿਗਾ 'ਤੇ, ਅਤੇ ਮੈਂ ਉਹਨੂੰ ਫੋਨ ਕਰਿਆ ਕਰਾਂ ਕਈ ਵਾਰੀ ਚੱਕਿਆ ਨਾ ਕਰੇ। ਅੱਛਾ, ਅਤੇ ਜਦੋਂ ਇੱਕ ਵਾਰੀ ਚੱਕਿਆ ਤਾਂ ਕਹਿੰਦਾ ਬਾਈ ਐਂ ਨਹੀਂ ਗਾਣੇ ਰਿਕਾਰਡ ਹੁੰਦੇ, ਪੈਸੇ ਲੱਗਦੇ ਨੇ। ਕਹਿੰਦਾ ਅੱਛਾ, ਹਾਂ, ਕਹਿੰਦਾ ਬਾਈ ਪੈਸੇ ਲੱਗਦੇ ਨੇ, 30,000 ਰੁਪਇਆ ਦੇ ਦੇ, ਕਹਿੰਦਾ ਤੇਰਾ ਗਾਣਾ ਗਾ ਦੇਵਾਂਗੇ। ਓਕੇ, ਅਤੇ ਮੈਂ ਕਿਹਾ ਬਾਈ 30,000 ਹੁੰਦਾ ਤੈਨੂੰ ਗਾਣਾ ਕੱਢ ਦੇਣਾ ਸੀ। ਅਤੇ ਫਿਰ ਬਾਈ ਮੈਂ ਉਹਨੂੰ ਗਾਣਾ ਲਿਆ, ਉਦੋਂ ਬਾਅਦ ਬਾਈ ਅੜੀ ਸੀਗੀ ਬਸ, ਹਾਂ ਵੀ ਇੱਕ ਕਰਨਾ ਕੁਛ, ਕਰੰਟ ਜ਼ਰੂਰ ਸੀਗਾ ਮਨ 'ਚ ਬਾਈ। ਸਹੀ ਹੈ, ਬਹੁਤ ਜੇ ਕਿਸੇ ਨੇ ਕਹਿਣਾ ਵੀ ਉੱਥੇ ਸਿੰਗਰ ਆ, ਹਾਂ ਬਾਈ ਮੈਂ ਜਾਂਦਾ ਉੱਥੇ ਜਾ ਕੇ, ਹੈ ਨਾ, ਚਾਹੇ ਮਿਲ ਹੋਵੇ ਚਾਹੇ ਨਾ ਹੋਵੇ, ਕਈ ਵਾਰੀ ਕਿਸੇ ਦੀ ਗੱਡੀ ਸ਼ੀਸ਼ੇ ਹੀ ਦੇਖੀ ਜਾਣੇ, ਹੈ ਨਾ, ਵੀ ਯਾਰ ਬਾਈ ਹੋਣਾ ਵਿੱਚ ਆ। ਕੀ ਬਾਤ ਹੈ। ਅਤੇ ਪਰ ਘੈਂਟ ਹੋ ਗਿਆ ਬਾਈ। ਵਾਹ ਜੀ, ਘੈਂਟ ਹੋ ਗਿਆ, ਘੈਂਟ ਹੋ ਗਿਆ, ਬਾਬੇ ਨੇ ਘੈਂਟ ਕੰਮ ਬਹੁਤ ਸਿਰਾ ਹੋਇਆ ਬਾਈ। ਮੈਂ ਇਹ ਅੰਦਾਜ਼ਾ ਤੁਹਾਡੀਆਂ ਅੱਖਾਂ ਦੇ ਵਿੱਚ ਜਿਹੜੇ ਨਵੀਂ ਆ ਰਹੀ ਆ ਉੱਥੋਂ ਲਾ ਸਕਦਾ ਵੀ ਉਹ ਜਿਹੜੀ ਸਟਰਗਲ ਦਾ ਦੌਰ ਹੈ ਇੱਥੇ ਅੱਖਾਂ ਦੀ ਨਵੀਂ ਤੋਂ ਪਤਾ ਲੱਗ ਜਾਂਦਾ। ਜੀ, ਬਹੁਤ ਵਧੀਆ ਹੋਇਆ ਵੀਰ ਜੀ, ਸਲਾਮ ਹੈ ਪਰਮਾਤਮਾ ਨੂੰ, ਸਲਾਮ ਹੈ ਜਿਨ੍ਹਾਂ ਨੇ ਤੁਹਾਡੀ ਮਿਹਨਤ ਨੂੰ ਰੰਗ ਲਾਏ ਨੇ। ਬਿਲਕੁਲ ਬਾਈ। ਅਤੇ ਉਸ ਤੋਂ ਬਾਅਦ ਸਫ਼ਰ ਦਰ ਸਫ਼ਰ ਅੱਗੇ ਚੱਲਦਾ ਰਿਹਾ, ਹੈਪੀ ਰਾਏਕੋਟੀ ਨਾਮ ਬਣ ਗਿਆ, ਬਣ ਗਿਆ, ਅਤੇ ਕਰਦੇ ਕਰਾਉਂਦੇ ਬੈਕ ਟੂ ਬੈਕ ਸੁਪਰ ਡੁਪਰ ਹਿੱਟ ਗੀਤ, ਅਤੇ ਅੱਜ ਹੁਣ ਤੁਹਾਨੂੰ ਆਰਟਿਸਟ ਕਾਲ ਕਰਦੇ ਨੇ ਕਿ ਨਹੀਂ ਖੁਦ ਸਾਰੇ ਬਾਈ, ਸਾਰੇ ਵੱਡੇ ਵੱਡੇ ਨਾਮ ਤੁਹਾਨੂੰ ਕਾਲ ਕਰਦੇ ਨੇ ਸਾਰੇ ਬਾਈ, ਅਤੇ ਉਹ 30,000 ਵਾਲੇ ਦੀ ਵੀ ਕਾਲ ਆਈ ਫਿਰ ਬਾਈ ਆਈ, ਹੈ ਨਾ। ਫਿਰ ਜਦੋਂ ਉਹਦੀ ਆਈ ਫਿਰ ਉਹਨੂੰ ਮੈਂ ਵੀ ਕਿਹਾ, ਮੈਂ ਕਿਹਾ ਬਾਈ ਇੱਦਾਂ ਗਾਣੇ ਨਹੀਂ ਰਿਕਾਰਡ ਹੁੰਦੇ ਨਾ, ਪੈਸੇ ਲੱਗਦੇ ਨੇ। ਅੱਛਾ, ਫਿਰ ਬਾਈ ਮੈਂ ਗਾਣਾ ਕੀਤਾ ਨਹੀਂ ਫਿਰ ਉਹਦਾ। ਮੈਂ ਓਕੇ, ਦਿਲ 'ਚ ਸੀਗਾ ਬਾਈ, ਮੈਂ ਨਹੀਂ ਰੱਖੀ ਸੀ ਦਿਲ 'ਚ ਬਾਈ, ਕਿਉਂਕਿ ਬਾਈ ਅਸੀਂ ਗੀਤਕਾਰ ਹੈਗੇ ਜਜ਼ਬਾਤਾਂ ਦੇ, ਹੈ ਨਾ, ਸਹੀ ਗੱਲ ਹੈ, ਜਜ਼ਬਾਤ ਹੀ ਲਿਖਦੇ ਹਾਂ ਅਸੀਂ, ਚਾਹੇ ਆਪਣੇ ਲਿਖੇ ਚਾਹੇ ਕਿਸੇ ਦੇ ਲਿਖੀਏ, ਹੈ ਨਾ। ਬਿਲਕੁਲ, ਉਹ ਜਜ਼ਬਾਤ ਫਿਰ ਸਾਂਭ ਕੇ ਰੱਖੀਦੇ ਬਾਈ।
ਚੱਲਦਾ ਰਹਿੰਦਾ ਸਭ ਦਾ। ਅੱਜ ਮੈਂ ਉੱਪਰ ਹਾਂ, ਹੋ ਸਕਦਾ ਕੱਲ੍ਹ ਨੂੰ ਹੋਰ ਉੱਪਰ ਹੋਵਾਂ, ਹੋ ਸਕਦਾ ਤੂੰ ਥੋੜ੍ਹਾ ਥੱਲੇ ਆ ਜਾ, ਹੈ ਨਾ। ਬਿਲਕੁਲ ਸਹੀ, ਮਿਹਨਤ ਕਰ ਰਿਹਾ ਮੈਂ ਵਧੀਆ ਲਈ। ਮੈਂ ਅੱਜ ਕਹਾਂ ਵੀ ਬਾਈ ਮੈਂ ਹੀ ਹਾਂ ਯਾਰ, ਵੀ ਜਿਹੜੇ ਹੋਰ ਗਾਣੇ ਲਿਖਦੇ ਉਹ ਨਹੀਂ ਵਧੀਆ ਯਾਰ, ਸਾਰੇ ਵਧੀਆ ਨੇ ਬਾਈ। ਹਰ ਕਿਸੇ ਦਾ ਸਮਾਂ ਆ, ਜਿਹੜਾ ਬੰਦਾ ਮਿਹਨਤ ਕਰਦਾ ਬਾਈ ਉਹਨੇ ਅੱਗੇ ਆਉਣਾ ਹੀ ਆਉਣਾ। ਤੁਸੀਂ ਉਹਨੂੰ ਦੋ ਚਾਰ ਗਾਣੇ ਲਈ ਰੋਕ ਲਓਗੇ, ਪੰਜ ਗਾਣੇ ਲਈ ਰੋਕ ਲਓਗੇ, ਕਿਸੇ ਟਾਈਮ ਤਾਂ ਬਾਈ ਆਊਗਾ। ਬਿਲਕੁਲ ਸਹੀ ਗੱਲ ਹੈ ਜੀ। ਗੀਤਕਾਰੀ ਤੋਂ ਬਾਅਦ ਪਰਮਾਤਮਾ ਨੇ ਉੱਥੇ ਬਾਂਹ ਫੜੀ ਹੈ ਤੁਹਾਡੀ, ਉਹ ਤੋਂ ਬਾਅਦ ਗੀਤਕਾਰੀ, ਫਿਰ ਕਰਦੇ ਕਰਾਉਂਦੇ, ਹੁਣ 7 ਕਨਾਲਾਂ ਤੁਹਾਡੀ ਫੁੱਲ ਫਲੈਜ ਐਲਬਮ ਆ ਚੁੱਕੀ ਹੈ ਮਾਰਕੀਟ ਦੇ ਵਿੱਚ, ਕਿਹੋ ਜਿਹਾ ਲੱਗਦਾ? ਸਾਰੇ ਤੁਹਾਡੇ ਆਪਣੇ ਗੀਤ, ਓਬਵੀਅਸਲੀ ਤੁਹਾਡੇ ਸਾਰੇ ਗੀਤ ਨੇ, 8 ਦੇ 8 ਗੀਤ ਐਲਬਮ ਦੇ ਵਿੱਚ, ਤਾਂ ਕਿੰਨੀ ਸ਼ਿੱਦਤ ਨਾਲ ਉਹ ਤਿਆਰ ਕੀਤੇ ਹੋਏ ਨੇ ਤੁਹਾਡੇ ਆਪਣੇ ਗੀਤ, ਕਿੰਨੀ ਕੁ ਮਿਹਨਤ, ਕਿੰਨਾ ਕੁ ਟਾਈਮ ਲੱਗਿਆ? ਟਾਈਮ ਬਾਈ ਇੱਦਾਂ ਜਦੋਂ ਮੈਂ ਆਪਣੀ ਐਲਬਮ ਸ਼ੁਰੂ ਕੀਤੀ ਸੀ ਉਦੋਂ ਨਾ, ਉਸ ਤੋਂ ਮਹੀਨਾ ਕੁ ਪਹਿਲਾਂ ਮੈਂ ਜੱਸੀ ਬਾਈ ਦੀ ਐਲਬਮ ਕੀਤੀ ਸੀਗੀ, ਸਾਰੇ ਬਾਪੂ ਜੀ ਮਿਦਾਰ ਲਦੇਣ ਵਾਲੇ ਗਾਣੇ। ਹਾਂਜੀ। ਅਸੀਂ ਸਿੱਪੀ ਬਾਈ ਦੀ ਐਲਬਮ ਕੀਤੀ ਸੀ ਉਹਨਾਂ ਦਿਨਾਂ 'ਚ 10 ਮਿੰਟ, ਅਤੇ ਪਰ ਮੈਂ ਆਪਣੇ ਲਈ ਫਿਰ ਉਦੋਂ ਗਾਣੇ ਸਾਰੇ ਮੈਂ ਉਹਨਾਂ ਵਿੱਚ ਲਿਖੇ। ਓਕੇ। ਕਿਉਂਕਿ ਮੈਨੂੰ ਫਿਰ ਮੈਂ ਨਾ ਬਾਈ ਜਦੋਂ ਮੈਂ ਕੋਈ ਗਾਣਾ ਕਰਨਾ ਹੁੰਦਾ ਮੈਂ ਉਵੇਂ, ਵੈਸੇ ਮੇਰੀ ਆਦਤ ਮੈਨੂੰ ਹੁੰਦਾ ਵੀ ਕੁਛ ਨਵਾਂ ਟਰਾਈ ਕਰਦੇ ਹਾਂ ਨਾ, ਕੁਛ ਨਵਾਂ, ਕਿਉਂਕਿ ਗਾਣੇ ਜਿਹੜੇ ਪਏ ਉਹ ਤਾਂ ਹੈਗੇ ਨੇ, ਕੁਛ ਨਵਾਂ ਦੇਖੀ। ਸਹੀ ਆ। ਫਿਰ ਮਿਹਨਤ ਕੀਤੀ ਉਹਨਾਂ ਦਿਨਾਂ 'ਚ, ਮੇਰਾ ਗਲਾ ਬਹੁਤ ਖਰਾਬ ਸੀਗਾ। ਅੱਛਾ। ਪਤਾ ਨਹੀਂ ਕੀ ਹੋ ਗਿਆ, 4 ਮਹੀਨੇ ਗਲਾ ਠੀਕ ਨਹੀਂ ਹੋਇਆ, ਅਤੇ ਬੰਬੇ ਅਸੀਂ ਮਿਊਜ਼ਿਕ ਕਰਵਾਉਣ ਗਏ ਹੋਏ ਸੀਗੇ। ਓਕੇ। ਅਤੇ ਉਹ ਸਗੋਂ ਜਿਹੜਾ ਬਾਈ ਪ੍ਰੋਗਰਾਮਰ ਸੀਗਾ ਬਾਈ ਨੇ ਕਹਿਣਾ ਯਾਰ ਆਪਕੋ ਬਾਈ ਦਵਾ ਕੀ ਨਹੀਂ ਦੁਆ ਕੀ ਜ਼ਰੂਰਤ ਹੈ, ਇੰਨਾ ਗਲਾ ਖਰਾਬ ਸੀ ਬਾਈ। ਇੱਦਾਂ ਲੱਗਦਾ ਸੀ ਵੀ ਮਿਊਜ਼ਿਕ ਬਣਾਈ ਜਾਂਦੇ ਹਾਂ, ਪਤਾ ਨਹੀਂ ਡੱਬ ਹੋਣਗੇ ਕਿ ਨਹੀਂ ਹੋਣਗੇ, ਅਤੇ ਕਾਫੀ ਟਾਈਮ ਲੱਗਿਆ ਬਾਈ ਨੂੰ। ਓਕੇ। 8-9 ਮਹੀਨੇ ਲੱਗ ਗਏ ਸਾਨੂੰ ਐਲਬਮ ਰੈਡੀ ਕਰਦੇ ਨੂੰ, ਫਾਈਨਲੀ ਆ ਗਈ। ਡਬਲ ਮਿਹਨਤ ਨਹੀਂ ਹੁੰਦੀ ਉੱਧਰ ਤੁਹਾਨੂੰ, ਤੇ ਹੋਰ ਬਾਕੀ ਸਿੰਗਰਸ ਵੀ ਗੀਤ ਮੰਗਦੇ ਨੇ ਕਿ ਨਹੀਂ, ਉਹ ਵੀ ਆਪਾਂ ਕੰਮ ਚਲਾਉਣਾ ਆਪਣਾ, ਹੁਣ ਚੱਲਿਆ ਹੋਇਆ ਤਾਂ ਪੈਸੇ ਆ ਰਹੇ ਉੱਧਰੋਂ ਦੀ ਬਿਜ਼ਨਸ, ਇੱਧਰ ਆਪਣੇ ਵੀ ਤਿਆਰ ਕਰਨੇ ਨੇ, ਤਾਂ ਦੋ ਪਾਸੇ ਦਿਮਾਗ ਲੱਗਦਾ ਸੀਗਾ ਜਾਂ ਫਿਰ ਕਿੱਦਾਂ ਉਹਨੂੰ ਕਰਦੇ ਸੀ, ਬੈਲੈਂਸ ਕਿਵੇਂ ਕਰਦੇ ਸੀ? ਮੈਨੂੰ ਬਾਈ ਸਵਾਦ ਬਹੁਤ ਆਉਂਦਾ। ਹਾਂ। ਜਦੋਂ ਇਹ ਕੰਮ ਹੋਵੇ ਨਾ ਬਾਈ, ਮੇਰੀ ਆਦਤ ਮੈਂ ਤਾਂ ਬਾਈ ਰਾਤ ਨੂੰ 3-3 ਵਜੇ ਤੱਕ ਵੀ ਗਾਣੇ ਕਰਦਾ ਰਹਿੰਦਾ। ਅੱਛਾ। ਹਾਂ, ਮੈਂ ਸੌਂ ਕੇ ਘੱਟ ਰਾਜੀ ਹਾਂ। ਹਾਂ। ਮੈਂ ਕੰਮ ਮੈਨੂੰ ਜ਼ਿਆਦਾ ਵਧੀਆ ਲੱਗਦਾ, ਬਿਜ਼ੀ ਰਹਿਣਾ ਮੈਨੂੰ ਚੰਗਾ ਲੱਗਦਾ ਬਾਈ। ਤੇ ਮੈਂ ਕੀਤੇ ਬਾਈ ਉਹਨਾਂ ਦਿਨਾਂ 'ਚ, ਮੈਂ ਕਾਫੀ ਕੁਛ ਸੀ ਬਾਈ, ਫਿਲਮਾਂ ਸੀਗੀਆਂ ਬਹੁਤ, ਗਾਣੇ ਕਰਨੇ ਫਿਲਮਾਂ ਦੇ ਨਾਲ ਨਾਲ, ਪਰ ਮੈਨੂੰ ਇੱਦਾਂ ਚੰਗਾ ਲੱਗਦਾ ਬਾਈ, ਕਿਉਂਕਿ ਜੇ ਤੁਸੀਂ ਇਹਨੂੰ ਮਿਹਨਤ ਕਹਿੰਦੇ ਹੋ ਨਾ, ਹੈ ਨਾ, ਜੇ ਇੱਕ ਬੰਦਾ ਫ੍ਰੀ ਆਪਣੇ ਲਈ ਕਰ ਰਿਹਾ ਉਹ ਤਾਂ ਕੁਛ ਵੀ ਹੈ, ਮੈਂ ਸਾਰੇ ਨਾਲ ਸੋਚ ਕੇ। 7 ਕਨਾਲਾ ਫਿਰ ਜਿਹੜਾ ਟਾਈਟਲ ਹੈ, ਇਹ ਕਿੱਦਾਂ ਜ਼ਿਹਨ ਦੇ ਵਿੱਚ ਆਇਆ ਵੀ ਆਪਾਂ 7 ਕਨਾਲਾ ਰੱਖੀਏ ਟਾਈਟਲ? 7 ਕਨਾਲਾ ਗਾਣਾ ਹੀ ਹੈ ਬਾਈ ਐਲਬਮ ਦੇ ਵਿੱਚ, 7 ਕਨਾਲਾ, ਹੈ ਨਾ, ਅਤੇ ਸਾਰੇ ਜਿਵੇਂ ਗਾਣੇ ਕਾਫੀ ਨਾਮ ਸੋਚੇ ਸੀਗੇ ਵੀ ਕੁਛ ਰੱਖ ਲਈਏ, ਪੇਂਡੂ ਟਾਈਪ ਰੱਖ ਲਈ ਕੁਛ, ਹੈ ਨਾ। 7 ਕਨਾਲਾ ਮੈਨੂੰ ਐਂ ਲੱਗਦਾ ਸੀ ਬਹੁਤ ਜ਼ਿਆਦਾ ਡਿਫਰੈਂਟ ਆ। ਬਿਲਕੁਲ। ਹਾਂ, ਵੀ ਆਇਆ ਨਹੀਂ ਇੱਦਾਂ ਦਾ ਨਾਮ ਕਦੇ, ਅਤੇ ਬਾਕੀ ਜਦੋਂ ਬੰਦਾ 7 ਕਨਾਲਾ ਸੁਣੂਗਾ ਵੀ ਉਹ ਸੋਚੂਗਾ ਵੀ ਯਾਰ ਇਹ ਕੀ ਹੋਊਗਾ 7 ਕਨਾਲਾ। ਮੈਨੂੰ ਫੋਨ ਵੀ ਬਹੁਤ ਆਉਂਦੇ ਹੁੰਦੇ ਸੀ ਉਹਨਾਂ ਦਿਨ ਬਾਈ 7 ਕਨਾਲਾ ਕੀ ਆ, ਹਾਂਜੀ, ਅਤੇ ਤਾਂ ਕਰਕੇ ਉਹ 7 ਕਨਾਲਾ ਰੱਖ ਲਿਆ ਬਾਈ। ਇਹਦੇ ਨਾਲ ਕੋਈ ਅਟੈਚਮੈਂਟ ਵੀ ਹੈਗੇ 7 ਕਨਾਲਾ ਨਾਲ, ਕਦਰ ਹੀ ਆ ਜਾਂ ਫਿਰ ਇੱਕ ਖਿਆਲ ਹੀ ਸੀਗਾ ਵੀ? ਨਹੀਂ, ਖਿਆਲ ਸੀ ਬਾਈ, ਕਿਉਂਕਿ ਨਾ ਬਾਈ ਖਿਆਲ ਹੀ ਹੁੰਦੇ ਨੇ ਗਾਣੇ। 7 ਕਨਾਲਾ ਗਾਣਾ ਵੀ ਇੱਦਾਂ ਹੀ ਆ ਵੀ ਜਦੋਂ ਕੰਪੈਰੀਜ਼ਨ ਹੀ ਹੈ ਤਾਂ ਬੇਸਿਕਲੀ ਕੁੜੀ ਮੁੰਡੇ ਦਾ, ਕੁੜੀ ਬਹੁਤ ਉੱਪਰ ਆ ਅਤੇ ਮੁੰਡਾ ਥੱਲੇ ਆ, ਆਮ ਗਾਣੇ 'ਚ ਹੁੰਦਾ ਹੀ ਆ ਇੱਦਾਂ, ਹੈ ਨਾ। ਪਹਿਲਾਂ ਪਰ ਮੈਨੂੰ ਇੱਦਾਂ ਲੱਗਦਾ ਸੀ ਵੀ ਜਦੋਂ ਬਾਪੂ ਜ਼ਿੰਮੇਦਾਰ ਕੀਤਾ ਸੀ ਉਹ ਵੀ ਕੰਪੈਰੀਜ਼ਨ ਸੀਗਾ, ਹੈ ਨਾ, ਵੀ ਸਾਡਾ ਬਾਪੂ ਜ਼ਿੰਮੇਦਾਰ ਕਿੱਥੋਂ ਲੈ ਕੇ ਦੇਵੇ ਘਰ, ਹੈ ਨਾ। ਪਰ ਇਹ ਕੰਪੈਰੀਜ਼ਨ ਡਿਫਰੈਂਟ ਤਰੀਕੇ ਦਾ ਸੀਗਾ, ਉਹਨੂੰ ਗੱਲ ਕਹਿਣ ਦਾ ਲਹਿਜ਼ਾ ਹੋਰ ਸੀ, ਰਾਈਟ, ਹੈ ਨਾ। ਸਹੀ ਗੱਲ ਹੈ। ਅਤੇ ਹੁਣ ਗੀਤਕਾਰ ਤੁਸੀਂ ਹੈਗੇ ਹੋ ਕਿ ਨਹੀਂ, ਗਾਇਕੀ ਵੱਲ ਵੀ ਆ ਗਏ, ਉਹ ਪਿਆਰ ਸੀਗਾ, ਫਿਰ ਗੀਤਾਂ ਦੇ ਵਿੱਚ ਐਕਟ ਕਰਨਾ, ਮਾਡਲਿੰਗ ਕਰਨੀ ਹੈ, ਉਹ ਵੀ ਇੱਕ ਨਵਾਂ ਪਾਰਟ ਹੈ, ਜੀ, ਉਹ ਕਿੰਨਾ ਕੁ ਸੌਖਾ ਸੀਗਾ, ਕਿੰਨਾ ਕੁ ਔਖਾ ਰਿਹਾ ਤੁਹਾਡੇ ਲਈ? ਹੈ ਬਾਈ ਔਖਾ ਸੀ। ਹਾਂ। ਪਰ ਮੇਰੇ 'ਚ ਕਰੰਟ ਬਹੁਤ ਆ, ਮੈਂ ਮਿਹਨਤ ਕਰਨੀ ਹੋਰ ਵੀ ਬਾਈ, ਮੈਂ ਬਹੁਤ ਕਰਨਾ ਇਹ ਕਰੰਟ ਪੁੱਛ ਰਹੇ ਹੋਣੇ ਸਾਰੇ ਜਣੇ ਵੀ ਬਾਈ ਬਾਰ ਬਾਰ ਕਹੇ ਕਿੰਨੇ ਵੋਲਟ ਦਾ ਕਰੰਟ ਆ ਇਹ ਜਿਹਾ, ਇਹ ਸਾਰਾ ਵੋਲਟਾਂ ਵੋਲਟਾਂ ਪੱਟ ਦੇਣੀਆਂ ਬਾਈ ਸਾਰੀਆਂ ਆਪਾਂ। ਅੱਛਾ। ਨਹੀਂ ਬਾਈ ਮੈਂ ਮਿਹਨਤ ਕਰ ਰਿਹਾ ਬਹੁਤ ਹੁਣ, ਮੈਂ ਹੁਣ ਐਕਟਿੰਗ ਵੀ ਕਲਾਸਾਂ ਵੀ ਜੁਆਇਨ ਕਰਨੀਆਂ ਨੇ। ਅੱਛਾ, ਵੈਰੀ ਨਾਈਸ ਯਾਰ। ਇਹ ਜ਼ਰੂਰੀ ਨਹੀਂ ਫਿਲਮਾਂ ਪਰ ਗਾਣੇ ਆਪਾਂ ਕਰਨੇ, ਹੈ ਨਾ, ਅਤੇ ਗਾਣੇ ਲਈ ਵੀ, ਕਿਉਂਕਿ ਬਾਈ ਮੈਨੂੰ ਇਹ ਹੁੰਦਾ ਵੀ ਜਦੋਂ ਮੈਂ ਗਾਣਾ ਲਿਖਦਾ ਤਾਂ ਉਹ ਕੰਸੈਪਟ ਮੇਰੇ ਦਿਮਾਗ 'ਚ ਹੁੰਦਾ, ਹੈ ਨਾ, ਰਾਈਟ। ਸੋ ਵੀਡੀਓ ਲਈ ਵੀ ਫਿਰ ਮੈਨੂੰ ਇੱਕ ਹੁੰਦਾ ਵੀ ਯਾਰ ਵੀ ਆਹ ਕੰਸੈਪਟ ਇੱਦਾਂ ਹੀ ਹੋਵੇ, ਫਿਰ ਉਹ ਓਬਵੀਅਸ ਆ ਮੈਨੂੰ ਇੱਦਾਂ ਲੱਗਦਾ ਵੀ ਮੇਰੀਆਂ 2 ਵੀਡੀਓ ਜਾਨ ਅਤੇ ਕੁੜੀ ਮਰਦੀ ਆ। ਬਿਲਕੁਲ। ਉਹ ਇੱਕ ਸਿੰਪਲ ਸੀਗੀ, ਉਹ 'ਚ ਵੀ ਭਾਵੇਂ ਡਾਇਲੋਗ ਸੀਗਾ ਜਾਨ 'ਚ ਵੀ, ਹਾਂ ਹਾਂ, ਅਤੇ ਡਾਇਲੋਗ ਨਾਲ ਇੱਕ ਗੱਲ ਨਾ ਸਿੱਧੀ ਆ ਜਾਂਦੀ ਤੁਹਾਡੇ ਸਾਹਮਣੇ ਜਦੋਂ ਤੁਸੀਂ ਇੱਕ ਗੱਲ ਬੋਲ ਕੇ ਕਹਿ ਦਿੰਦੇ ਹੋ ਨਾ। ਹਾਂਜੀ, ਹਾਂ ਹਾਂ। ਅਤੇ ਇੱਦਾਂ ਹੀ ਹੁਣ 7 ਕਨਾਲਾ 'ਚ ਵੀ ਡਾਇਲੋਗਸ ਨੇ, ਅਤੇ ਸ਼ਗਨਾਂ ਦੀ ਤਿਆਰੀ ਆਈ ਆ ਉਹਦੇ 'ਚ ਵੀ। ਬਿਲਕੁਲ ਜੀ, ਬਿਲਕੁਲ। ਅੱਛਾ, ਕੁੜੀ ਮਰਦੀ ਹੈ ਤੇਰੇ 'ਤੇ ਉਹ ਤੁਸੀਂ ਜ਼ਿਕਰ ਕਰਿਆ, ਹੁਣ ਫੇਸਬੁੱਕ ਦੇ ਉੱਤੇ ਤਾਂ ਮਤਲਬ ਹਰ ਕੋਈ ਕਹਿੰਦਾ ਕਿ ਹੈਪੀ ਰਾਈ, ਹਰ ਕੋਈ ਕਹਿੰਦਾ ਮੈਂ ਜਾਂਦਿਆਂ ਦੇ ਆਹੀ ਗਾਣਾ ਸੁਣ ਰਿਹਾ ਕਿ ਨਹੀਂ, ਅਤੇ ਕੁੜੀਆਂ ਖਾਸ ਤੌਰ 'ਤੇ ਜੀ, ਅਤੇ ਕੁੜੀਆਂ ਦੇ ਫਿਰ ਕਿੰਨੇ ਕੁ ਹੁਣ ਤੁਹਾਨੂੰ ਮੈਸੇਜਿਸ ਆਉਂਦੇ ਆ, ਰਿਕੁਐਸਟ ਆਉਣੀਆਂ ਕਿ ਨਹੀਂ? ਨਹੀਂ ਕੁੜੀਆਂ ਮੇਰੇ ਪਹਿਲ
ਸਹੀ ਹੈ ਸੋ ਵੈਸੇ ਵੀ ਬਈ ਮੈਨੂੰ ਮੈਨੂੰ ਇਦਾਂ ਲੱਗਦਾ ਹੁੰਦਾ ਬਈ ਵੀ ਗਾਣੇ ਨਾ ਹਮੇਸ਼ਾ ਬਾਹਲੇ ਮੁੰਡਿਆਂ ਦੇ ਪੱਖ ਦੇ ਆਉਂਦੇ ਨੇ ਮੇਰੇ ਲਿਖੇ ਹੋਏ ਗਾਣੇ ਜ਼ਿਆਦਾ ਮੁੰਡਿਆਂ ਵਾਲੇ ਸੀਗੇ ਪਹਿਲਾਂ ਜਿੰਨੇ ਆਏ ਸੀ ਹੁਣ ਤਾਂ ਚਲੋ ਕਾਫੀ ਰੋਸ਼ਨ ਬਾਈ ਦਾ ਗਾਣਾ ਆਇਆ ਸੀ ਹੋਰ ਆਏ ਸੀਗੇ ਤੇ ਕੁੜੀਆਂ ਵਾਲਾ ਗਾਣਾ ਮੈਂ ਕਰਨਾ ਚਾਹੁੰਦਾ ਸੀਗਾ ਬਈ ਤੇ ਬਹੁਤ ਫੈਨ ਫੋਲੋਇੰਗ ਕੁੜੀਆਂ ਦੀ ਜੁੜਦੀ ਹੈ ਯਾਰ ਕੁੜੀਆਂ ਚੰਗੀਆਂ ਹੁੰਦੀਆਂ ਨੇ ਬਈ ਕਾਫੀ ਸਪੋਰਟ ਕਰਦੀਆਂ ਨੇ ਨਹੀਂ ਵੈਰੀ ਨਾਈਸ ਤੇ ਮੈਂ ਚਾਹੁੰਦਾ ਕਿ ਉਹ ਸਾਰੀਆਂ ਜਿਹੜੀਆਂ ਤੁਹਾਡੀਆਂ ਕੁੜੀਆਂ ਫੈਨਸ ਹੈਗੀਆਂ ਉਹਨਾਂ ਲਈ ਗੀਤ ਜ਼ਰੂਰ ਸੁਣਾਓ ਫਿਰ ਕੁੜੀ ਮਰਦੀ ਹਾਂਜੀ ਕੁੜੀ ਮਰਦੀ ਹੈ ਤੇਰੇ ਤੇ ਉਹ ਨਵੇਂ ਨਵੇਂ ਲੱਭਦਾ ਤਰੀਕੇ ਸੋਹਣਿਆ ਚੰਗੇ ਨਹੀਂ ਜੋ ਕਰਦਾ ਸਲੀਕੇ ਸੋਹਣਿਆ ਜੇ ਦਿਲ ਦਿੱਤਾ ਤੈਨੂੰ ਹਰ ਚੰਨ ਵੇ ਤੂੰ ਮਿੱਠੇ ਬੋਲ ਤਾਂ ਹਰਿਆ ਕੇ ਕੁੜੀ ਮਰਦੀ ਆ ਤੇਰੇ ਤੇ ਵੇ ਤੂੰ ਥੋੜਾ ਜਾ ਤਾਂ ਮਰਿਆ ਕੇ ਅੱਛਾ ਇਹ ਆਪਣਾ ਕੀ ਕਹਿੰਦੇ ਜਿਹੜੀ ਕੰਪੋਜੀਸ਼ਨ ਸੀਗੀ ਜੀ ਇਹ ਵੀ ਤੁਹਾਡਾ ਹੀ ਆਈਡੀਆ ਸੀਗਾ ਹਾਂਜੀ ਮੇਰੇ ਮੋਸਟਲੀ ਬਾਈ ਜਿੰਨੇ ਗਾਣੇ ਹੁੰਦੇ ਨੇ ਚਾਹੇ ਮੇਰੇ ਲਿਖੇ ਹੋਏ ਹੁੰਦੇ ਨੇ ਚਾਹੇ ਮੈਂ ਆਪ ਗਾਵਾਂ ਉਹ ਸਾਰੀਆਂ ਕੰਪੋਜੀਸ਼ਨ ਮੇਰੀਆਂ ਆਪਣੀਆਂ ਹੁੰਦੀਆਂ ਨੇ ਓਕੇ ਹਾਂਜੀ ਤੇ ਬਹੁਤ ਖੂਬ ਯਾਰ ਹਲੇ ਹੋਰ ਬਹੁਤ ਸਾਰੀਆਂ ਮਤਲਬ ਦਿਲ ਵਿੱਚ ਗੱਲਾਂ ਆ ਰਹੀਆਂ ਨੇ ਪਰ ਵੇਲਾ ਇੱਥੇ ਨਿੱਕੀ ਜਿਹੀ ਬ੍ਰੇਕ ਦਾ ਬ੍ਰੇਕ ਲੈ ਲਈ ਫਿਰ ਆਪਾਂ ਜੀ ਜੀ ਬਾਈ ਬ੍ਰੇਕ ਹਾਂਜੀ ਜਾਂ ਫਿਰ ਕੋਈ ਗਾਣਾ ਗਾ ਕੇ ਬ੍ਰੇਕ ਲਈ ਤੁਹਾਡੇ ਅੰਦਾਜ਼ ਵਿੱਚ ਮੈਂ ਰੋਸ਼ਨ ਬਾਈ ਦਾ ਗਾਣਾ ਸੁਣਾਉਣਾ ਹਾਂ ਦੋ ਮੈਂ ਹਾਲ ਵੇਖ ਲੈ ਹੀਰਾਂ ਦੇ ਸਭ ਧੋਖੇ ਨੇ ਤਕਦੀਰਾਂ ਦੇ ਤੂੰ ਜਦ ਪੁੱਛਦਾ ਪਿਆਰਾਂ ਲਈ ਦਿਲ ਹਾਮੀ ਭਰਦਾ ਏ ਵੇ ਤੈਨੂੰ ਪਿਆਰ ਤਾਂ ਕਰਦੀਆਂ ਦਿਲ ਟੁੱਟਣੋਂ ਡਰਦਾ ਏ ਕਿਆ ਬਾਤ ਠੀਕ ਹੈ ਦੋਸਤੋ ਇਸ ਮਿਠਾਸ ਭਰੇ ਮਾਹੌਲ ਨੂੰ ਛੱਡ ਕੇ ਕਿਤੇ ਨਾ ਜਾਓ ਜੀ ਇੱਕ ਨਿੱਕੀ ਜਿਹੀ ਬਸ ਬ੍ਰੇਕ ਲੈਣੀ ਆਪਾਂ ਫਿਰ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਮਿੱਤਰੋ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ PTC ਸੁਪਰਸਟਾਰ ਦੇ ਵਿੱਚ ਅਤੇ ਮੁਲਾਕਾਤ ਅੱਜ ਆਪਾਂ ਕਰ ਰਹੇ ਹਾਂ ਜੀ ਹੈਪੀ ਰਾਇਕੋਟੀ ਦੇ ਨਾਲ ਅਤੇ ਬਾਈ ਜੀ ਸ਼ਗਨਾ ਵਾਲਾ ਗੀਤ ਵੀ ਇੱਕ ਤੁਸੀਂ ਲੈ ਕੇ ਆਓਗੇ ਨੇ ਜੀ ਜੀ ਅਤੇ ਉਹਦੇ ਵਿੱਚ ਤੁਸੀਂ ਖੁਆਬਾਂ ਵਿੱਚ ਚਲੇ ਗਏ ਹੋ ਕਿਤੇ ਨਾ ਕਿਤੇ ਅਤੇ ਉੱਤੋਂ ਐਕਟ ਵੀ ਤੁਸੀਂ ਕੀਤਾ ਹੈ ਉੱਠੇ ਜਿਵੇਂ ਸ਼ਵਿੰਦਰ ਮਹਾਲ ਸਰ ਵੀ ਹੈਗੇ ਵਿੱਚ ਤਾਂ ਦਿੱਗਜ ਹੈਗੇ ਮਤਲਬ ਕਹਿ ਸਕਦੇ ਕਿ ਇੰਡਸਟਰੀ 'ਚ ਬਹੁਤ ਇੱਜ਼ਤ ਹੈਗੀ ਉਹਨਾਂ ਦੀ ਜੀ ਜੀ ਕਿਹੋ ਜਿਹਾ ਰਿਹਾ ਸ਼ੂਟਿੰਗ ਦਾ ਜਿਹੜਾ ਮਾਹੌਲ ਸੀ ਉਹਦੇ ਬਾਰੇ ਦੱਸੋ ਸਾਨੂੰ ਵੀ ਕਿਹੋ ਜਿਹਾ ਰਿਹਾ ਉਹ ਲਈ ਸ਼ੂਟ ਬਹੁਤ ਵਧੀਆ ਰਿਹਾ ਬਾਈ ਬਹੁਤ ਫਨ ਹੋਇਆ ਮਹਾਲ ਸਰ ਸੀਗੇ ਤਾਂ ਖਾਸਾ ਕੁਝ ਸਿੱਖਣ ਨੂੰ ਮਿਲਦਾ ਸੀ ਉਹਨਾਂ ਤੋਂ ਜੀ ਹੌਸਲਾ ਬਹੁਤ ਦਿੰਦਾ ਸੀ ਮੈਨੂੰ ਯਾਰ ਤੂੰ ਤਾਂ ਫਿਲਮ ਕਰ ਸਕਦਾ ਅੱਛਾ ਤੂੰ ਕਰਿਆ ਕਰ ਸੱਚੀ ਮੈਨੂੰ ਬਹੁਤ ਜ਼ਿਆਦਾ ਉਹਨਾਂ ਤੋਂ ਹੌਸਲਾ ਬਹੁਤ ਮਿਲਿਆ ਅਤੇ ਫਨ ਹੋਇਆ ਪੰਜਾਬੀ ਵਾਇਰਸ ਵਾਲਿਆਂ ਨੇ ਸ਼ੂਟ ਕੀਤਾ ਜਿਗਰ ਸੀਗਾ ਕਰਨ ਹੋਣੀ ਸੀਗੇ ਕਾਫੀ ਵਧੀਆ ਸ਼ੂਟ ਕੀਤਾ ਉਹਨਾਂ ਨੇ ਵਿਕਸੀ ਬਾਈ DOP ਸੀਗੇ ਰਾਈਟ ਰਾਈਟ ਬਹੁਤ ਫਨ ਹੋਇਆ ਬਾਈ ਸ਼ੂਟ ਕੀ ਬਾਤ ਸੀਰੀਅਸਲੀ ਇੱਕ ਨਾ ਸੱਚੀ ਵਿਆਹ ਦਾ ਮਾਹੌਲ ਬਣਿਆ ਪਿਆ ਸੀਗਾ ਅੱਛਾ ਹਾਂ ਬਹੁਤ ਵਧੀਆ ਤੇ ਇਹ ਤਾਂ ਨਹੀਂ ਕਿਸੇ ਨੇ ਕਿਹਾ ਵਿਆਹ ਦੀਆਂ ਤਿਆਰੀਆਂ ਹੋਣੇ ਖਿੱਚ ਲਾ ਬਾਈ ਤੂੰ ਓਰੀਜਨਲੀ ਵੀ ਬਹੁਤ ਜਣੇ ਕਹਿੰਦੇ ਬਾਈ ਪਰ ਮੈਂ ਨਹੀਂ ਹਲੇ ਹਲੇ ਡਰਦਾ ਬਾਈ ਮੈਂ ਕੰਮ ਕਰ ਲਈ ਹਲੇ ਬਾਈ ਇਹਨਾਂ ਦਾ ਮਤਲਬ ਜਿਹੜੀਆਂ ਤੁਹਾਡੀਆਂ ਕੁੜੀਆਂ ਫੈਨਸ ਹੈਗੀਆਂ ਜੋ ਅਪਰੋਚ ਕਰਨਾ ਚਾਹੁੰਦੀਆਂ ਵਿਆਹ ਵੀ ਲਈ ਉਹਨਾਂ ਨੂੰ ਕਹਿਣਾ ਵੀ ਮੈਂ ਦੱਸਦਾ ਜਿਵੇਂ ਮੈਂ ਕਈ ਵਾਰੀ ਕਾਰ ਚ ਜਾਂਦਾ ਹਨਾ ਤੇ ਮੰਨ ਲਓ ਮੈਂ ਜਾ ਰਿਹਾ ਮੈਨੂੰ ਮੈਂ ਤੁਹਾਨੂੰ ਦੱਸਿਆ ਵੀ ਮੈਂ ਜਦੋਂ ਗਾਣਾ ਕਿਸੇ ਸਿੰਗਰ ਨੂੰ ਦਿੰਦਾ ਮੈਂ ਉਹਨੂੰ ਇੱਕ ਸਾਈ ਦੇ ਦਿੰਦਾ ਜਦੋਂ ਉਹਨੇ ਡੱਬ ਕਰਨਾ ਹੁੰਦਾ ਮੈਂ ਉਹਨੂੰ ਉਦੋਂ ਹੀ ਪੂਰਾ ਗਾਣਾ ਦਿੰਦਾ ਹਨਾ ਕਈ ਵਾਰੀ ਜਿੱਦਾਂ ਗਿੱਪੀ ਬਾਈ ਮੋਸਟਲੀ ਬਾਈ ਦੀ ਬਹੁਤ ਰਿਸਪੈਕਟ ਆ ਮੇਰੇ ਦਿਲ 'ਚ ਬਾਈ ਲਈ ਬਾਈ ਦਾ ਮੈਂ ਫੈਨ ਹਾਂ ਬਹੁਤ ਵੱਡਾ ਬਾਈ ਵਰਗਾ ਕੋਈ ਨਹੀਂ ਯਾਰ ਐਂਡ ਆ ਗਿੱਪੀ ਬਾਈ ਅਤੇ ਬਾਈ ਦਾ ਅਕਸਰ ਮੈਨੂੰ ਫੋਨ ਉਦੋਂ ਹੀ ਆਉਂਦਾ ਹੁੰਦਾ ਬਾਈ ਹੈਪੀ ਅਸੀਂ ਸਟੂਡੀਓ ਚੱਲਿਆ ਅਤੇ ਗਾਣਾ ਪੂਰਾ ਕਰਦੇ ਹੈ ਨਾ ਅੱਛਾ ਜੀ ਅਤੇ ਉਹ ਫਿਰ ਜਿਵੇਂ ਨਾਲ ਯਾਰ ਦੋਸਤ ਹੁੰਦੇ ਦੋ ਤਿੰਨ ਉਹਨੂੰ ਤਾਂ ਕਹਿ ਦਿੱਤਾ ਵੀ ਹੁਣ ਚੁੱਪ ਕਰ ਜਾਓ ਬੋਲਣਾ ਨਹੀਂ ਮੈਂ ਗਾਣਾ ਪੂਰਾ ਜੇ ਬਾਈ ਹੁਣ ਵਿਆਹ ਹੋਇਆ ਹੋਇਆ ਉਹਨੂੰ ਕਿੱਦਾਂ ਕਹੋ ਉਹਨੂੰ ਸਮਝਾਉਣਾ ਉਹਨੂੰ ਔਖਾ ਸਮਝਾਉਣਾ ਸਹੀ ਗੱਲ ਅਤੇ ਸ਼ੂਟ ਕਿੱਥੇ ਹੋਇਆ ਜਿਹੜਾ ਆਪਣਾ ਸ਼ਗਨਾ ਵਾਲਾ ਗੀਤ ਸੀਗਾ ਇਹ ਬਾਈ ਬਰੌਲੀ ਹੋਇਆ ਬਰੌਲੀ ਪਿੰਡ ਆ ਆਪਣੇ ਖਰੜ ਕੋਲ ਖਰੜ ਤੋਂ ਨਾ ਕੜੂਏ ਦੇ ਸਾਹਮਣੇ ਆ ਜੀ ਅਤੇ ਥੋੜ੍ਹਾ ਜਿਹਾ ਕਾਲੇਵਾਲ ਪਿੰਡ ਸ਼ੂਟ ਹੋਇਆ ਹਾਂਜੀ ਤੇ ਉਦੋਂ ਫਿਰ ਜਿਹੜਾ ਆਪਣਾ ਕੀ ਕਹਿੰਦਾ ਕਨਸੈਪਟ ਸੀਗਾ ਇਹ ਕਿਹਨੇ ਤਿਆਰ ਕਰਿਆ ਸਾਰਾ ਕਨਸੈਪਟ ਬਾਈ ਮੇਰੇ ਦਿਮਾਗ 'ਚ ਤਾਂ ਸੀਗਾ ਹੀ ਸੀਗਾ ਹੈ ਨਾ ਬਾਕੀ ਜਿਹੜੀਆਂ ਥੋੜ੍ਹੀਆਂ ਬਹੁਤੀਆਂ ਡਿਸਕਸ਼ਨਸ ਜਾਂ ਚੇਂਜਸ ਸੀਗੀਆਂ ਉਹ ਪੰਜਾਬੀ ਵਾਇਰਸ ਵਾਲੇ ਵਧੀਆ ਕਰਦੇ ਬਾਈ ਬਹੁਤ ਉਹ ਵੀ ਅਤੇ ਉਹਨਾਂ ਨੇ ਬਾਈ ਉਹਨਾਂ ਨੇ ਬਹੁਤ ਸਪੋਰਟ ਕੀਤਾ ਜਿਹੜੀ ਚੀਜ਼ ਮੈਨੂੰ ਜੇ ਕਿਤੇ ਸ਼ਾਇਦ ਮੈਂ ਗਲਤ ਵੀ ਹੋ ਸਕਦਾ ਹੈ ਨਾ ਫਿਰ ਉਹ ਅਸੀਂ ਡਿਸਕਸ਼ਨ ਕਰ ਲੈਂਦੇ ਸੀ ਉਹਨਾਂ ਨੇ ਕਾਫੀ ਜ਼ਿਆਦਾ ਤੱਕ ਕੀਤਾ ਤੇ ਸ਼ੂਟਿੰਗ ਹੁੰਦੀ ਸੀਗੀ ਲਾਗ ਨੇੜੇ ਪਿੰਡ ਫਿਰ ਤਾਂ ਲੋਕ ਬਹੁਤ ਆਉਂਦੇ ਹਾਂ ਬਹੁਤ ਆ ਜਾਂਦੇ ਸੀ ਬਾਈ ਦਿਲ ਲੱਗੇ ਰਹਿੰਦੇ ਪੂਰਾ ਵੇਤ ਹਾਂ ਤੇ ਉਹ ਫਿਰ ਕਹਿੰਦੇ ਨੇ ਬਾਈ ਯਾਰ ਗਾਣਾ ਵੀ ਸੁਣਾ ਦੇ ਹੁਣ ਸਾਨੂੰ ਇਦਾਂ ਵੀ ਚੱਲਦਾ ਸੀ ਬਹੁਤ ਬਹੁਤ ਬਾਈ ਇਦਾਂ ਕਹਿੰਦੇ ਫਿਰ ਮੈਨੂੰ ਸਦੀਕ ਸਾਹਿਬ ਦੀ ਇੱਕ ਗੱਲ ਯਾਦ ਆ ਜਾਂਦੀ ਹਾਂਜੀ ਕਹਿੰਦੇ ਸਦੀਕ ਸਾਹਿਬ ਨੂੰ ਨਾ ਇੱਕ ਵਾਰੀ ਬੰਦਾ ਕੋਈ ਕਹਿੰਦਾ ਕਹਿੰਦਾ ਸਦੀਕ ਸਾਹਿਬ ਕੋਈ ਗਾਣਾ ਸੁਣਾ ਦਿਓ ਅੱਛਾ ਉਹ ਥੋੜ੍ਹੇ ਜਿਹੇ ਗੁੱਸੇ ਵਾਲੇ ਨਾ ਹਾਂ ਕਹਿੰਦੇ ਤੂੰ ਹੀ ਕੰਮ ਕਰਦਾ ਹਾਂ ਕਹਿੰਦਾ ਜੀ ਮੈਂ ਟਰੱਕ ਚਲਾਉਂਦਾ
ਕਹਿੰਦਾ ਫਿਰ ਥੋੜ੍ਹਾ ਟਰੱਕ 'ਚ ਲੱਗ ਦਿਖਾਈ ਵੀ ਸਾਡੇ ਕੰਮ ਨੂੰ ਕਈ ਵਾਰੀ ਲੋਕ ਇੰਨਾ ਈਜ਼ੀਲੀ ਲੈ ਲੈਂਦੇ ਵੀ ਗਾਣਾ ਉਹੀ ਹੈ ਬੈਠੇ ਬੈਠੇ ਸਹੀ ਗੱਲ ਹੈ ਏਦਾਂ ਪਰ ਮੈਨੂੰ ਫਿਰ ਵੀ ਐਂ ਹੁੰਦਾ ਸੀ ਵੀ ਜੇ ਮੈਂ ਸੁਣਾ ਸਕਦਾ ਹੁੰਦਾ ਸੀ ਉਸ ਸਿਚੁਏਸ਼ਨ 'ਚ ਤਾਂ ਮੈਂ ਸੁਣਾ ਦਿੰਦਾ ਓਕੇ ਅਤੇ ਮੈਂ ਹੁਣ ਚਾਹੁੰਦਾ ਕਿ ਹੁਣ ਫਿਲਹਾਲ ਮੈਨੂੰ ਨਾ ਕਿਹਾ ਟਰੈਕਟਰ ਚਲਾਉਣ ਨੂੰ ਪਰ ਮੈਂ ਤੁਹਾਨੂੰ ਗਾਣਾ ਸੁਣਾਉਣ ਨੂੰ ਜ਼ਰੂਰ ਕਹਾਂਗਾ ਵੀ ਸ਼ਗਨ ਵਾਲਾ ਗੀਤ ਆਪਾਂ ਸੁਣਨਾ ਹੈਗਾ ਤੁਹਾਡੇ ਤੋਂ ਜੀ ਵੀਰੇ ਹੋ ਬਾਪੂ ਨੂੰ ਤਾਂ ਕੱਲ੍ਹ ਬਿੱਲੋ ਬੇਬੇ ਨੇ ਮਨਾ ਲਿਆ ਭੈਣ ਨੇ ਤਾਂ ਸਿਲਕ ਦਾ ਸੂਟ ਵੀ ਸਵਾ ਲਿਆ ਤੂੰ ਵੀ ਚੁੰਨੀਆਂ ਨੂੰ ਗੋਟੇ ਜਿਹਾ ਲਵਾ ਲਾ ਨੀ ਯਾਰ ਆਉ ਸੂਹਾ ਕੁੜਤਾ ਜਿਹਾ ਪਾ ਕੇ ਸੋਹਣੀ ਹੋ ਮੈਂ ਵੀ ਸ਼ਗਨਾਂ ਦੀ ਖੱਚਤੀ ਤਿਆਰੀਆ ਤੂੰ ਰੱਖੀ ਤਲੀਆਂ ਸਜਾ ਕੇ ਸੋਹਣੀਏ ਮੈਂ ਵੀ ਸ਼ਗਨਾਂ ਦੀ ਖੱਚਤੀ ਤਿਆਰੀਆ ਤੂੰ ਰੱਖੀ ਤਲੀਆਂ ਸਜਾ ਕੇ ਸੋਹਣੀਏ ਹੁਣ ਜਿਵੇਂ ਤੁਸੀਂ ਹੁਣ ਸਿੰਗਿੰਗ ਵੱਲ ਵੀ ਆ ਗਏ ਹੋਗੇ ਨੀ ਤਾਂ ਇੱਥੇ ਸਟਾਈਲ ਮੈਟਰ ਕਰਦਾ ਕਿਤੇ ਨਾ ਕਿਤੇ ਕਹਿੰਦੇ ਆ ਫਿਰ ਤੁਹਾਡੇ ਲਈ ਪਰਸਨਲੀ ਤੁਹਾਡੇ ਲਈ ਸਟਾਈਲ ਕਿੰਨਾ ਕੁ ਮੈਟਰ ਕਰਦਾ ਸਟਾਈਲ ਮੈਟਰ ਕਰਦਾ ਬਾਈ ਕਿਉਂਕਿ ਨਾ ਬਾਈ ਜਦੋਂ ਆਰਟਿਸਟਿਕ ਲਾਈਫ ਨਾ ਮੈਨੂੰ ਲੱਗਦਾ ਫੇਕ ਲਾਈਫ ਹੋ ਜਾਂਦੀ ਹੈ ਲੋਕਾਂ ਦੇ ਹਿਸਾਬ ਨਾਲ ਤੁਹਾਨੂੰ ਚੱਲਣਾ ਪੈਂਦਾ ਜਿੱਦਾਂ ਹੈ ਨਾ ਦੋ ਤਰ੍ਹਾਂ ਦੇ ਲੋਕ ਹੁੰਦੇ ਬਾਈ ਜੀ ਮੈਂ ਥੋੜ੍ਹੇ ਦਿਨ ਪਹਿਲਾਂ ਗੁਰਦੁਆਰੇ ਗਿਆ ਉੱਥੇ ਕੋਈ ਬੰਦਾ ਇੱਦਾਂ ਹੀ ਜਾਣਦਾ ਜਾਣਦਾ ਆ ਗਿਆ ਮੇਰੇ ਕੋਲੇ ਬੈਠਾ ਦੋ ਮਿੰਟ ਕਹਿੰਦਾ ਬਾਈ ਗੱਡੀ ਕਿਹੜੀ ਰੱਖੀ ਆ ਅੱਛਾ ਹਨਾ ਹੁਣ ਉੱਥੇ ਬਾਈ ਵੀ ਤੂੰ ਗੁਰਦੁਆਰੇ ਆਇਆ ਹਨਾ ਤੂੰ ਉੱਦਾਂ ਦੀ ਕੋਈ ਗੱਲ ਕਰ ਲਿਆ ਤੇ ਸਟਾਈਲ ਬਾਈ ਇੱਦਾਂ ਵੀ ਮੈਨੂੰ ਵੈਸੇ ਮੈਨੂੰ ਸਿੰਪਲੀਸਿਟੀ ਪਸੰਦ ਆ ਮੈਨੂੰ ਅੱਛਾ ਜੋ ਮੇਰਾ ਸਟਾਈਲ ਹੈਗਾ ਵੀ ਜੋ ਮੇਰਾ ਨਾ ਹਨਾ ਮੈਨੂੰ ਇੱਦਾਂ ਨਹੀਂ ਲੱਗਦਾ ਫਿਰ ਮੈਂ ਲੋਕਾਂ ਲਈ ਕਦੇ ਇੱਦਾਂ ਤਾਂ ਨਹੀਂ ਕਰ ਸਕਦਾ ਤਾਰੇ ਨਹੀਂ ਪਵਾ ਸਕਦਾ ਵਾਲਾਂ ਤੇ ਇਹ ਤਾਂ ਗੱਲ ਸਹੀ ਹੈ ਹਾਂ ਸਿੰਪਲ ਰਹੂੰਗਾ ਬਾਈ ਮੈਂ ਓਕੇ ਹਾਂ ਵੀ ਜੋ ਜੈਨੂਇਨ ਪਰਸਨੈਲਿਟੀ ਹੁੰਦੀ ਹੈ ਉਹ ਰੱਖੂੰਗਾ ਤੇ ਬਾਈ ਮਾਹੌਲ ਤੋਂ ਬਾਅਦ ਹੁਣ ਆਪਾਂ ਗੱਲ ਕਰੀਏ ਸੱਤ ਕਨਾਲਾ ਜਿਹੜੀ ਆਪਣੀ ਐਲਬਮ ਹੈ ਇਹਦਾ 뮤직 ਕਿਨਾਂ ਨੇ ਦਿੱਤਾ ਤੇ ਕਿਨਾਂ ਨੇ ਸਹਿਯੋਗ ਦਿੱਤਾ 뮤직 ਦੇ ਵਿੱਚ ਫੁੱਲ ਫਲੈਜ ਫੁੱਲ ਫਲੈਜ ਸਹਿਯੋਗ ਸੀਗਾ ਬਾਈ ਲਾਡੀਕਲ ਵੀਰੇ ਦਾ ਅੱਛਾ ਬਾਈ ਦਾ 뮤직 ਆ ਸ਼ੁਰੂ ਤੋਂ ਅਸੀਂ ਇਕੱਠੇ ਆ ਹਾਂ ਮੈਂ ਸਿੱਪੀ ਬਾਈ ਤੇ ਲਾਡੀ ਅੱਛਾ ਜੀ ਅਸੀਂ ਤਿੰਨੇ ਇਕੱਠੇ ਆ ਸ਼ੁਰੂ ਤੋਂ ਹੀ ਓਕੇ ਸਾਡੇ ਜਿੰਨੇ ਵੀ ਗਾਣੇ ਹੁੰਦੇ ਲਾਡੀ ਹੀ ਕਰਦਾ 뮤직 ਤੇ ਬਹੁਤ ਮਿਹਨਤ ਕੀਤੀ ਬਾਈ ਲਾਡੀ ਨੇ ਮੇਰੀ ਐਲਬਮ ਤੇ ਵੀ ਮੇਰੀ ਐਲਬਮ ਹਿੱਟ ਹੋਣ ਚ ਉਹਦਾ ਵੀ ਬਹੁਤ ਵੱਡਾ ਹੱਥ ਆ ਅੱਛਾ ਹੈ ਨਾ ਲਾਡੀਕਲ ਬਾਈ ਉਹਦਾ ਮੈਂ ਦਿਲੋਂ ਥੈਂਕ ਯੂ ਕਰਦਾ ਕੀ ਬਾਤ ਹੈ ਕੀ ਬਾਤ ਅੱਛਾ ਇਹ ਸਿਟਿੰਗਸ ਹੁੰਦੀਆਂ ਸੀ ਬਹਿੰਦੇ ਉੱਠਦੇ ਸੀ ਸਾਰੇ ਜਣੇ ਵੀ ਯਾਰ ਆਹ ਕਰਨਾ ਆਹ ਨਹੀਂ ਕਰਨਾ ਮਤਲਬ ਇਹਦੇ ਵਿੱਚ ਵੀ ਆਹ ਗਾਣੇ ਪਾਉਣੇ ਆ ਗਾਣੇ ਨਹੀਂ ਪਾਉਣੇ ਬਹੁਤ ਹਾਂਜੀ ਬਾਈ ਅਸੀਂ 14-15 ਗਾਣੇ ਕੀਤੇ ਸੀਗੇ ਐਲਬਮ ਲਈ ਅੱਛਾ ਜੀ ਤੇ ਲਾਡੀ ਹੈਗਾ ਬਾਈ ਬਹੁਤ ਸਾਫ਼ ਆ ਹਾਂ ਜਿੱਦਾਂ ਨਾ ਉਹਨੂੰ ਜਿਹੜੀ ਚੀਜ਼ ਮੇਰੀ ਨਹੀਂ ਚੰਗੀ ਲੱਗਦੀ ਉਹਨੇ ਕਹਿਣਾ ਆਹ ਨਹੀਂ ਵਧੀਆ ਹੈ ਇੱਕ ਹੁੰਦੇ ਨਾ ਮਿੱਤਰ ਇੱਦਾਂ ਦੇ ਹੋਣੇ ਚਾਹੀਦੇ ਨੇ ਜਿਹੜੇ ਤੁਹਾਨੂੰ ਸਹੀ ਦੱਸਣ ਹੈ ਨਾ ਬਿਲਕੁਲ ਬਿਲਕੁਲ ਇੱਕ ਨੇ ਕਹਿਣਾ ਬਾਈ ਤੂੰ ਸਿਰਾ ਯਾਰ ਫਿਰ ਉਹ ਚਾਹੇ ਗਲਤ ਵੀ ਕਰੀ ਜਾਂਦਾ ਉਹ ਸਿਰਾ ਹੀ ਲੱਗੂ ਸਹੀ ਗੱਲ ਹੈ ਫਿਰ ਉਹਨੇ ਮੈਨੂੰ ਹਾਂ ਜਿਹੜੇ ਗਾਣੇ ਸਾਨੂੰ ਨਹੀਂ ਵਧੀਆ ਲੱਗੇ ਅਸੀਂ ਨਹੀਂ ਕੀਤੇ ਰਾਈਟ ਅੱਛਾ ਇਹਦੇ ਵਿੱਚ ਇੱਕ ਡਿਊਟ ਗੀਤ ਵੀ ਤੁਸੀਂ ਪਾਇਆ ਜੀ ਇੱਕੋ ਪਾਇਆ ਪਹਿਲੀ ਗੱਲ ਤਾਂ ਇੱਕੋ ਕਾਹ ਤੋਂ ਪਾਇਆ ਅਤੇ ਫਿਰ ਉਹ ਕੀ ਕਾਹ ਤੋਂ ਕੀ ਸੋਚਿਆ ਸੀ ਵੀ ਤੁਸੀਂ ਇੱਕ ਡਿਊਟ ਪਾਉਣਾ ਇਹਦੇ 'ਚ ਡਿਊਟ ਬਾਈ ਵੈਸੇ ਮੈਨੂੰ ਵਧੀਆ ਲੱਗਦੇ ਮੇਰਾ ਡਿਊਟ ਹਿੱਟ ਹੋਇਆ ਸੀ ਪਹਿਲਾਂ ਗਿੱਪੀ ਬਾਈ ਦਾ ਗਾਇਆ ਹੋਇਆ ਚਾਂਦੀ ਦੀ ਡੱਬੀ ਮੈਨੂੰ ਸੋਹਣਾ ਫੇਮ ਦੇ ਵਰਗੀ ਨੂੰ ਬਿਲਕੁਲ ਮੈਂ ਚਾਹੁੰਦਾ ਸੀ ਮੈਂ ਵੀ ਯਾਰ ਕੋਈ ਉਦਾਂ ਦਾ ਗਾਣਾ ਬਣਾਵਾਂ ਹੈ ਨਾ ਐਲਬਮ ਲਈ ਨਾਲੇ ਮੇਰੀ ਪਹਿਲੀ ਐਲਬਮ ਸੀ ਬਾਈ ਵੈਰਾਈਟੀ ਚਾਹੀਦੀ ਸੀ ਵੀ ਹਰ ਤਰ੍ਹਾਂ ਦਾ ਟੇਸਟ ਸੀਗਾ ਸੈਡ ਬੀਟ ਖੜਕਾ ਧੜਕਾ ਰੋਮਾਂਟਿਕ ਜੋ ਵੀ ਡਿਊਟ ਤਾਂ ਕਰਕੇ ਡਿਊਟ ਕੀਤਾ ਸੀ ਤੇ ਫਿਰ ਗੁਰਲੇਜ਼ ਅਖਤਰ ਜੀ ਨੂੰ ਤੁਸੀਂ ਅਪਰੋਚ ਕੀਤਾ ਉਹਦੇ ਲਈ ਜੀ 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 ਤੇ ਉਹੀ ਕਾਹਦੇ ਚੁਆਇਸ ਬਣੇ ਵੀ ਜਿਹੜਾ ਡਿਊਟ ਗਾਣਾ ਫੀਮੇਲ ਵੋਕਲ ਉਹਨਾਂ ਦੇ ਹੋਣ ਬਾਈ ਮੈਂ ਉਹਨਾਂ ਦੀ ਵੋਕਲ ਦਾ ਫੈਨ ਹਾਂ ਮੈਨੂੰ ਬਹੁਤ ਵਧੀਆ ਲੱਗਦੀ ਉਹਨਾਂ ਦੀ ਵੋਕਲ ਓਕੇ ਤੇ ਬਸ ਅਸੀਂ ਇੱਕੋ ਹੀ ਆਪਸ਼ਨ ਰੱਖੀ ਸੀ ਵੀ ਹਾਂ ਹੋਰ ਸੋਚਣਾ ਹੀ ਨਹੀਂ ਕੁਛ ਯਾਰ ਅੱਛਾ ਬਸ ਗੁਰਲੇਜ਼ ਹੀ ਚਾਹੀਦੇ ਨੇ ਦੋ ਕਲੈਨਾਂ ਸੁਣਾ ਦੂੰਗੇ ਜਿਹੜਾ ਆਪਣਾ ਪਾਠ ਹੈਗਾ ਇਹਦੇ ਵਿੱਚੋਂ ਹਾਂ ਹਾਂ ਹੋਨੀ ਤੂੰ ਸੋਨੇ ਦੀ ਜੰਜੀਰੀ ਤੇ ਜੱਟ ਡਾਇਮੰਡ ਦਾ ਛੱਲਾ ਹੋ ਤੇਰੇ ਪੰਜ ਪਾਈ ਪੂਰੇ ਹੋਨੀ ਮੈਂ ਪੰਜਾਂ ਜਿੰਨਾ ਕੱਲਾ ਪੈਰਾਂ ਤੇਰੇ ਪਰਛਾਵਿਆਂ ਤੇ ਜੱਟ ਦਾ ਨੀ ਮੋਢੇ 'ਚ ਬੰਦੂਕ ਰੱਖਦਾ ਉਹ ਤੇਰੇ ਆਸ਼ਿਕਾਂ ਦੇ ਸਿਰ ਜੱਟ ਖੋਲਦਾ ਤੇ ਨਾਮ ਆਵੇ ਤੇਰੀ ਅੱਖ ਦਾ ਅੱਛਾ ਉਹ ਸਰਵੈਲੀਆਂ ਦੇ ਖੋਲਦਾ ਗੰਡਾਸਾ ਨੀ ਨਾਮ ਆਵੇ ਤੇਰੀ ਅੱਖ ਦਾ ਕੀ ਬਾਤ ਜੀ ਕੀ ਬਾਤ ਵੈਲ ਦੋਸਤੋ ਹੈਪੀ ਰਾਇਕੋਟੀ ਬਾਈ ਨਾਲ ਗੱਲਾਂ ਬਾਤਾਂ ਹੋਰ ਅਜੇ ਆਪਾਂ ਕਰਨੀਆਂ ਨੇ ਇਹਦੀ ਫਿਊਚਰ ਪਲੈਨਿੰਗ ਬਾਰੇ ਵੀ ਪੁੱਛਾਂਗੇ ਤੁਸੀਂ ਕਿਤੇ ਨਾ ਜਾਓ ਜੀ ਬਸ ਇੱਕ ਹੋਰ ਬਹੁਤ ਹੀ ਨਿੱਕੀ ਜੀ ਪਿਆਰੀ ਜੀ ਬ੍ਰੇਕ ਫਿਰ ਮਿਲਦੇ ਹਾਂ ਆਪਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੀ ਟੀ ਸੀ ਸੁਪਰ ਸਟਾਰ ਤੁਸੀਂ ਵੇਖ ਰਹੇ ਹੋ ਅਤੇ ਮੁਲਾਕਾਤ ਆਪਾਂ ਕਰ ਰਹੇ ਹਾਂ ਜੀ ਹੈਪੀ ਰਾਇਕੋਟੀ ਬਾਈ ਦੇ ਨਾਲ ਅਤੇ ਬਾਈ ਜੀ ਹੁਣ ਕਰਦੇ ਕਰਦੇ ਗੱਲਾਂ ਹੁਣ ਲਾਸਟ ਸੈਗਮੈਂਟ ਵਿੱਚ ਆਪਾਂ ਆ ਗਏ ਗੱਲਾਂ ਤਾਂ ਆਈ ਜਾ ਰਹੀਆਂ ਮਨ ਦੇ ਵਿੱਚ ਤਾਂ ਮੈਂ ਕੋਸ਼ਿਸ਼ ਕਰਾਂਗਾ ਇਹਦੇ ਵਿੱਚ ਆਪਾਂ ਕਵਰ ਅਪ ਕਰ ਸਕੀਏ ਸਾਰੀਆਂ ਗੱਲਾਂ ਅਤੇ ਫਿਲਮ ਇੰਡਸਟਰੀ ਵੀ ਹੁਣ ਆਪਣੀ ਜਿੱਦਾਂ ਪੰਜਾਬੀ ਇੰਡਸਟਰੀ ਉੱਠਦੀ ਜਾ ਰਹੀ ਹੈ ਤੁਹਾਡੇ ਗੀਤ ਪਹਿਲਾਂ ਵੀ ਆਏ ਨੇ ਫਿਲਮਾਂ ਦੇ ਵਿੱਚ ਤਾਂ ਅੱਗੇ ਫਿਊਚਰ ਦੇ ਵਿੱਚ ਵੀ ਕੁਝ ਆ ਰਹੇ ਤੁਹਾਡੇ ਗੀਤ ਹੋਰ ਫਿਲਮਾਂ 'ਚ ਹਾਂਜੀ ਬਾਈ ਕਾਫੀ ਫਿਲਮਾਂ ਹੈਗੀਆਂ ਨੇ ਅੱਗੇ ਅਮਰਿੰਦਰ ਬਾਈ ਦੀ ਅੰਗਰੇਜ਼ ਅੱਛਾ ਮੂਵੀ ਆ ਉਹਦੇ ਵਿੱਚ ਮੇਰੇ 4 ਗਾਣੇ ਨੇ ਆਹਾਂ ਤੇ ਜੱਸੀ ਬਾਈ ਦੀ ਆ ਦਿਲਦਾਰੀਆਂ ਮੂਵੀ ਓਕੇ ਉਹਦੇ 'ਚ ਵੀ ਮੇਰੇ 3 ਗਾਣੇ ਨੇ ਆਹਾਂ
ਫਰਾਰ ਮੂਵੀ ਆ ਰਹੀ ਹੈ ਗਿੱਪੀ ਬਾਈ ਦੀ, ਉਹਦੇ 'ਚ ਵੀ ਮੇਰੇ ਗਾਣੇ ਨੇ, ਹੋਰ ਕਾਫੀ ਮੂਵੀਆਂ ਨੇ ਬਾਈ ਅੱਗੇ ਹੈਗਾ ਜੀ ਕਾਫੀ। ਅਤੇ ਹੁਣ ਫਿਊਚਰ ਦੇ ਵਿੱਚ ਹੋਰ ਕਿਹੜੇ ਕਿਹੜੇ ਗੀਤ ਤਿਆਰ ਪਏ ਨੇ, ਵੀਡੀਓਜ਼ ਕਿਹੜੀ ਕਿਹੜੀ ਤਿਆਰ ਪਏ ਨੇ, ਅਤੇ ਕਿਸੇ ਹੋਰ ਨੇ ਗਾਉਣੇ ਕੋਈ ਵੱਡੇ ਲੈਵਲ 'ਤੇ ਗੀਤ ਆ ਰਿਹਾ ਤੁਹਾਨੂੰ ਲੱਗਦਾ ਵੀ ਉਹ ਵੀ ਤਿਆਰ ਪਏ ਨੇ? ਕਾਫੀ ਕੁਛ ਬਾਈ ਮੂਵੀਆਂ ਦੇ ਜਿੱਦਾਂ ਮੈਂ ਦੱਸੇ ਉਹ ਆ ਰਹੇ ਨੇ, ਹੁਣ ਐਲਬਮ 'ਚੋਂ ਮੈਂ ਹਾਲੇ ਦੋ ਵੀਡੀਓ ਹੋਰ ਕਰਨੇ ਨੇ, ਇੱਕ ਸੋਚਦੀ ਤਾਂ ਹੋਣੀ ਆ ਕਰਨਾ ਮੈਂ, ਓਕੇ, ਅਤੇ ਅੰਨਾ ਦੋ ਤਿੰਨ ਕਰੂੰਗਾ, ਅੰਨਾ ਜ਼ੋਰ ਵੀ ਕਰਨਾ, ਡੁਇਟ ਵੀ ਕਰਨਾ। ਅੱਛਾ, ਅਤੇ ਸਿੰਗਲ ਹੈਗੇ ਆ, ਬਾਕੀ ਕਾਫੀ ਸਿੰਗਰਸ ਆ ਬਾਈ, ਜੱਸੀ ਬਾਈ ਦੇ ਗਾਣੇ ਕਾਫੀ ਆਉਣ ਵਾਲੇ ਆ, ਅਮਰਿੰਦਰ ਬਾਈ ਦੇ, ਗਿੱਪੀ ਬਾਈ ਦੀ ਟੇਪ ਆ ਰਹੀ ਹੈ ਦੇਸੀ ਰੌਕ ਸਟਾਰ 2, ਉਹਦੇ 'ਚ ਮੇਰੇ 7 ਗਾਣੇ ਨੇ, ਓਕੇ, ਅਤੇ ਰੋਸ਼ਨ ਬਾਈ ਦੇ, ਹੋ ਸਕਦਾ ਮੈਂ ਇੱਕ ਮਲਟੀ ਪ੍ਰੋਜੈਕਟ ਕਰਾਂ ਆਪਣਾ ਵੀ। ਅੱਛਾ ਜੀ, ਸਾਰੇ ਆਰਟਿਸਟਾਂ ਨੂੰ ਲੈ ਕੇ ਹੈਗੇ ਬਾਈ ਬਹੁਤ ਗਾਣੇ ਅਪਕਮਿੰਗ ਹਾਲੇ। ਅੱਛਾ, ਇਹ ਹੁਣ ਜਦੋਂ ਬਾਲੀਵੁੱਡ ਪੋਲੀਵੁੱਡ ਮਿਕਸ ਹੁੰਦੇ ਜਾ ਰਹੇ ਨੇ ਕਿਤੇ ਨਾ ਕਿਤੇ, ਨਹੀਂ ਆਰਟਿਸਟ ਇੱਧਰ ਆ ਰਹੇ ਆ, ਆਰਟਿਸਟ ਉੱਧਰ ਵੀ ਜਾ ਰਹੇ, ਬਾਈ ਉਹਨੀ ਜਾ ਰਹੇ, ਦਲਜੀਤ ਬਾਈ ਉਹਨੀ ਜਾ ਰਹੇ, ਕੀ ਰਾਈਟਿੰਗ ਦੇ ਵਿੱਚ ਵੀ ਤੁਸੀਂ ਵੀ ਸੋਚਿਆ ਕਿ ਯਾਰ ਮੈਂ ਵੀ ਆਪਣੇ ਗੀਤਾਂ ਰਾਹੀਂ, ਜਾਂ ਤੁਹਾਨੂੰ ਕਿਸੇ ਨੇ ਅਪਰੋਚ ਕੀਤਾ ਹੋਵੇ ਵੀ ਕੋਈ ਹਿੰਦੀ ਲਿਰਿਕਸ ਵੀ ਆਪਾਂ ਨੂੰ ਚਾਹੀਦੇ ਹੈਗੇ ਨੇ ਉੱਧਰਲੇ ਪਾਸੇ? ਮੈਂ ਬਾਈ ਲੱਗਿਆ ਹੋਇਆ ਹੁਣ ਹਿੰਦੀ ਵੀ ਕਰਨ ਮੈਂ। ਅੱਛਾ ਜੀ, ਹਾਂਜੀ, ਹੁਣ ਮੈਂ ਹਿੰਦੀ ਕਰਦਾ ਮੈਂ ਟਰਾਈ, ਹਾਂ ਆਉਣਗੇ ਬਾਈ ਹਿੰਦੀ ਗਾਣੇ ਵੀ। ਕਿਆ ਬਾਤ, ਇਹ ਫਿਰ ਖੁਲਾਸਾ ਹੌਲੀ ਹੌਲੀ ਹੋ ਰਿਹਾ, ਆਉਣਗੇ ਨਹੀਂ ਹੋ ਰਿਹਾ, ਮਤਲਬ ਕਲਮ ਉੱਧਰ ਨੂੰ ਤੁਰ ਪਈ ਆਪਣੀ ਕਿਤੇ ਨਾ ਕਿਤੇ। ਹਾਂਜੀ ਹਾਂਜੀ, ਥੋੜ੍ਹਾ ਬਾਈ ਬਸ ਇੱਦਾਂ ਹੀ ਇੱਦਾਂ ਜਾਵਾਂਗੇ। ਅਤੇ ਜਾਂਦੇ ਜਾਂਦੇ ਜਿਹੜੇ ਤੁਹਾਡੇ ਫੈਨਸ ਹੈਗੇ ਨੇ, ਜਿਹੜੇ ਉੱਭਰ ਦੇ ਰਾਈਟਰਸ ਹੈ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਆਪਣੇ ਵੱਲੋਂ ਕੋਈ ਸੁਨੇਹਾ ਹੈਗਾ ਕਿ ਆਪਣੀ ਕਲਮ ਨੂੰ ਮਾੜਾ ਮੋਟਾ ਸੁਧਾਰਨ? ਕਈ ਕਈ ਲਿਖ ਦਿੰਦੇ ਨੇ ਗਾਣੇ ਆ ਕੇ ਚਲੇ ਵੀ ਜਾਂਦੇ ਨੇ ਕਿ ਨਹੀਂ ਜੀ ਜੀ, ਕੋਈ ਆਪਣੇ ਵੱਲੋਂ ਉਹਨਾਂ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਆਪਣੇ ਥੋਟ, ਆਪਣਾ ਖਿਆਲ ਉਹਨਾਂ ਨਾਲ? ਸਿਖਾਉਣ ਵਾਲਾ ਤਾਂ ਨਹੀਂ ਬਾਈ, ਮੈਨੂੰ ਲੱਗਦਾ ਮੈਂ ਤਾਂ ਹਾਲੇ ਆਪ ਸਿੱਖਦਾ, ਮੈਨੂੰ ਕਈ ਫੋਨ ਕਰਨਗੇ ਹੈ ਨਾ ਵੀ ਬਾਈ ਅਸੀਂ ਸਿੱਖਣ ਲੱਗਣਾ ਤੁਹਾਡੇ ਤੋਂ, ਮੈਂ ਕਹਿੰਦਾ ਮੈਨੂੰ ਤਾਂ ਆਪ ਨਹੀਂ ਪਤਾ ਯਾਰ, ਹੈ ਨਾ, ਕਿਉਂਕਿ ਮੈਂ ਤਾਂ ਆਪ ਬਾਈ, ਮੈਂ ਕਿਹਾ ਬਾਈ ਸਿੱਖੋ ਤੁਸੀਂ ਦੇਵੀ ਬਾਈ ਵਰਗਿਆਂ ਤੋਂ, ਹੈ ਨਾ, ਬਾਬੂ ਸਿੰਘ ਮਾਨ ਸਾਹਿਬ ਤੋਂ ਸਿੱਖੋ, ਉਹ ਬਾਈ ਉਹ ਸਿਖਾ ਸਕਦੇ ਨੇ, ਮੈਂ ਤਾਂ ਹਾਲੇ ਸਿੱਖ ਰਿਹਾ, ਮੈਂ ਤਾਂ ਆਪ ਉਹਨਾਂ ਨੂੰ ਸੁਣ ਸੁਣ ਕੇ ਅੱਗੇ ਚੱਲ ਰਿਹਾ। ਅਤੇ ਬਾਈ ਇੱਦਾਂ ਹੀ ਬਾਈ ਕਈ ਗੀਤਕਾਰ ਨਾ ਗੀਤਕਾਰਾਂ ਨੂੰ ਹੀ ਫੋਨ ਕਰਦੇ ਨੇ, ਮੈਨੂੰ ਫੋਨ ਕਰਦੇ ਨੇ, ਹੋਰ ਗੀਤਕਾਰਾਂ ਨੂੰ ਵੀ ਕਰਦੇ ਨੇ, ਬਾਈ ਜੀ ਸਾਡੇ ਤੋਂ ਗਾਣੇ ਲੈ ਲਓ, ਹੈ ਨਾ, ਸਾਡਾ ਨਾਮ ਨਾ ਪਾਇਓ, ਹੈ ਨਾ, ਫਿਰ ਉਹਨਾਂ ਨੂੰ ਪੁੱਛਦੇ ਵੀ ਤੁਸੀਂ ਤੁਸੀਂ ਕਾਹਦੇ ਲਈ ਲਿਖੇ ਨੇ, ਸਹੀ ਗੱਲ, ਵੀ ਜੇ ਤੁਸੀਂ ਆਪਣਾ ਨਾਮ ਹੀ ਨਹੀਂ ਲੈ ਕੇ ਆਉਣਾ ਫਿਰ ਤੁਸੀਂ ਕਿਉਂ ਲਿਖੇ ਨੇ ਗਾਣੇ। ਸੋ ਮੈਨੂੰ ਲੱਗਦਾ ਕਿਸੇ ਵੀ ਗੀਤਕਾਰ ਨੂੰ ਕਦੇ ਵੀ ਗਾਣਾ ਕਿਸੇ ਗੀਤਕਾਰ ਨੂੰ ਨਹੀਂ ਸੁਣਾਉਣਾ ਚਾਹੀਦਾ, ਵੀ ਉਹ ਸਿੰਗਰ ਨੂੰ ਸੁਣਾਓ ਬਾਈ, ਜਦੋਂ ਤੁਹਾਡਾ ਟਾਈਮ ਆਇਆ ਉਹ ਆਈ ਜਾਣਾ, ਬਿਲਕੁਲ ਸਹੀ ਗੱਲ, ਗੀਤਕਾਰ ਨੂੰ ਗਾਣੇ ਨਹੀਂ ਸੁਣਾਉਣੇ ਚਾਹੀਦੇ, ਕਿਉਂਕਿ ਨਾ ਬਾਈ ਕਈ ਵਾਰੀ ਕਿਸੇ ਦਾ ਖਿਆਲ ਆਪਣੇ ਦਿਮਾਗ 'ਚ ਰਹਿ ਜਾਂਦਾ, ਅਸੀਂ ਦਿਨ 'ਚ ਇੰਨੇ ਲੋਕਾਂ ਨੂੰ ਮਿਲਦੇ ਹਾਂ ਹੈ ਨਾ, ਸਾਨੂੰ ਯਾਦ ਵੀ ਨਹੀਂ ਹੁੰਦਾ ਵੀ ਉਹ ਕਿਹਨੇ ਸੁਣਾਇਆ ਸੀ, ਹੈ ਨਾ, ਕਈ ਵਾਰੀ ਉਹ ਗੱਲ ਮੰਨ ਲਓ ਮੇਰੇ ਤੋਂ ਕਿਸੇ ਗਾਣੇ 'ਚ ਪੈ ਗਏ ਨੇ, ਕਹਿੰਦਾ ਯਾਰ ਮੇਰੀ ਗੱਲ ਸੀ ਹੈਪੀ ਬਾਈ ਨੇ ਇੱਦਾਂ ਪਾ ਲਈ, ਹੈ ਨਾ। ਸੋ ਉਹ ਚੀਜ਼ਾਂ ਨਹੀਂ ਚਾਹੀਦੀਆਂ ਬਾਈ, ਮੈਂ ਕਹਿੰਦਾ ਵੀ ਗੀਤਕਾਰ ਕਦੇ ਕਿਸੇ ਗੀਤਕਾਰ ਨੂੰ ਫੋਨ ਨਾ ਕਰੋ, ਸਿੰਗਰਾਂ ਨੂੰ ਹੀ ਕਰੋ। ਕਿਆ ਬਾਤ ਹੈ। ਅਤੇ ਦੇਖੋ ਵਕਤ ਹੁਣ ਇਜਾਜ਼ਤ ਨਹੀਂ ਦੇ ਰਿਹਾ ਕਿ ਆਪਾਂ ਅੱਗੇ ਤੱਕ ਵੀ ਹੁਣ ਗੱਲਾਂ ਕਰੀਏ, ਪਰ ਜਿੰਨੀਆਂ ਵੀ ਗੱਲਾਂ ਕੀਤੀਆਂ, ਰੱਜ ਕੇ ਗੱਲਾਂ ਕੀਤੀਆਂ ਨੇ, ਮਤਲਬ ਖੁੱਲ੍ਹੇ ਦਿਲ ਨਾਲ ਜਵਾਬ ਦਿੱਤੇ ਆ, ਸੱਚੇ ਓਕੇ ਹੋ ਗਏ, ਜਿਹੜੀਆਂ ਗੱਲਾਂ ਆਉਂਦੀਆਂ ਨੇ ਮਨ ਵਿੱਚ ਸਾਹਮਣੇ ਰੱਖੀਆਂ ਹੈਗੀਆਂ ਨੇ। ਹਾਂਜੀ ਹਾਂਜੀ। ਅਤੇ ਜਾਂਦੇ ਜਾਂਦੇ ਕਿਹੜੇ ਸ਼ਖਸ ਹੈਗੇ ਜਿਹਨਾਂ ਦਾ ਥੈਂਕਸ ਕਰਨਾ ਤੁਸੀਂ ਚਾਹੁੰਦੇ ਹੋ, ਵੀ ਨਹੀਂ ਕਹਿ ਪਾਏ ਕਦੇ, ਨਾਮ ਨਹੀਂ ਸਟੇਜ 'ਤੇ ਖੜ੍ਹ ਕੇ ਨਾਮ ਨਹੀਂ ਲੈ ਪਾਏ, ਜਾਂ ਦਿਲ ਵਿੱਚ ਹੁੰਦਾ ਨਾ ਯਾਰ ਉਹਦਾ ਨਾਮ ਮੈਂ ਕਦੇ ਸਾਹਮਣੇ ਨਹੀਂ ਲੈ ਕੇ ਆ ਸਕਿਆ, ਅੱਜ ਥੈਂਕਸ ਕਰਨਾ ਉਹਦਾ ਮੈਂ ਬਾਈ। ਸਿੱਪੀ ਬਾਈ ਤਾਂ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਨਾ ਬਾਈ, ਜਦੋਂ ਕਿਉਂਕਿ ਗਾਣੇ ਆਉਣੇ ਅਲੱਗ ਗੱਲ ਆ ਬਾਈ, ਇੱਕ ਤੁਹਾਨੂੰ ਵੈਸੇ ਸਪੋਰਟ ਕਰਨੀ ਉਹ ਅਲੱਗ ਗੱਲ ਆ, ਸਿੱਪੀ ਬਾਈ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ, ਜਦੋਂ ਮੇਰੇ ਹਾਲੇ ਇੱਕ ਦੋ ਗਾਣੇ ਆਏ ਸੀਗੇ, ਫਿਰ ਅਸੀਂ ਬਾਈ ਮੈਂ ਬਾਈ ਨਾਲ ਸ਼ੋਆਂ 'ਤੇ ਵੀ ਜਾਂਦਾ ਰਿਹਾ, ਹਾਂਜੀ ਕਾਫੀ ਟਾਈਮ ਬਾਈ ਨਾਲ ਮੈਂ ਕੋਰਸ ਵੀ ਕੀਤਾ। ਅੱਛਾ ਜੀ। ਅਤੇ ਬਾਈ ਨੇ ਬਹੁਤ ਸਪੋਰਟ ਕੀਤਾ ਬਾਈ, ਸਿੱਪੀ ਬਾਈ ਅਤੇ ਮਨਿੰਦਰ ਬੁੱਟਰ। ਅੱਛਾ ਜੀ। ਉਹ ਮੇਰਾ ਆੜੀ ਆ, ਅਸੀਂ ਲੜ ਪਿੜ ਪੈਂਦੇ ਹਾਂ ਕਦੇ ਕਦੇ। ਅੱਛਾ। ਹਾਂ, ਪਰ ਉਹ ਮੈਨੂੰ ਲੱਗਦਾ ਵੀ ਮੈਂ ਜਦੋਂ ਚੰਡੀਗੜ੍ਹ ਗਿਆ ਸੀਗਾ, ਵੀ ਜੇ ਮੈਂ ਪਹਿਲੀ ਵਾਰੀ ਚੰਡੀਗੜ੍ਹ ਗਿਆ ਸੀ ਕੰਮ ਲਈ ਤਾਂ ਮੈਂ ਮਨਿੰਦਰ ਦੇ ਕਰਕੇ ਗਿਆ। ਅੱਛਾ। ਹਾਂ, ਅਤੇ ਮਨਿੰਦਰ ਦਾ ਮੈਂ ਦਿਲੋਂ ਥੈਂਕਸ ਕਰਦਾ। ਕਿਆ ਬਾਤ ਹੈ ਬਾਈ, ਸੱਤ ਕਨਾਲਾ ਗਾਣਾ ਮੇਰੇ ਖਿਆਲ 'ਚ ਰਹਿ ਗਿਆ ਆਪਣਾ ਸੁਣਨਾ ਕਿ ਨਹੀਂ? ਹਾਂਜੀ। ਅਤੇ ਮੈਂ ਚਾਹੁੰਦਾ ਕਿ ਹੁਣ ਜਾਂਦੇ ਆਉਂਦੇ ਆਪਾਂ ਇਹਦੀ ਗੱਲਬਾਤ ਬਹੁਤ ਚੱਲੀ ਹੈ, ਸੱਤ ਕਨਾਲਾਂ ਦੀ ਐਲਬਮ ਆਈ ਹੈ, ਚੜ੍ਹਦੀ ਕਲਾ ਵਿੱਚ ਬਹੁਤ ਚੱਲ ਰਹੀ ਹੈਗੀ ਯਾਰ, ਸਾਰੇ ਬਹੁਤ ਪਿਆਰ ਮਿਲ ਰਿਹਾ ਬਾਈ, ਸੱਚੀ ਬਹੁਤ ਜ਼ਿਆਦਾ ਸਪੋਰਟ ਕੀਤਾ ਸਰ। ਜਾਂਦੇ ਆਉਂਦੇ ਆ ਗੀਤ ਸੁਣਾ ਦਿਓ ਫਿਰ ਸਾਨੂੰ। ਹਾਂ, ਉਹ 'ਚ ਬਾਈ ਮੇਰਾ ਫੇਵਰੇਟ ਅੰਤਰਾ ਮੈਂ ਉਹੀ ਸੁਣਾਉਂਦਾ। ਆਣ ਦਿਓ, ਆਣ ਦਿਓ। ਕਹਿੰਦਾ 27 ਸੁਣਾ। ਹਾਂਜੀ। ਉਹ ਬੜਾ ਤੱਕਿਆ ਤੇਰਾ ਜਿਹੜਾ ਨੀ, ਜਿਹੜਾ ਹਾਲ ਪੁੱਛਿਆ ਮੇਰਾ ਨੀ, ਨੀ ਮੈਂ 7 ਦਿਨ ਕਾਲਜ ਆਇਆ ਨੀ, ਤੂੰ ਪਿੰਡ ਮਾਰਿਆ ਗੇੜਾ ਨੀ, ਮਾਮਲਾ ਠਾਠਾ ਮਾਰੇ ਸਿਰ ਤੇ ਕਿੱਦਾਂ ਟੌਰਾਂ ਲਾ ਲਾਨੀ, ਹਾਏ ਪੱਲੇ ਜੱਟ ਦੇ ਸੱਤ ਕਨਾਲਾ, ਜਨ ਬਜੇਗੀ ਤਾਂ ਲਾ ਲਾਨੀ, ਹਾਏ ਪੱਲੇ ਜੱਟ ਦੇ ਸੱਤ ਕਨਾਲਾ। ਹਾਏ ਕੀ ਬਾਤ ਹੈ, ਠੀਕ ਹੈ, ਬਹੁਤ ਵਧੀਆ ਲੱਗਿਆ। ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਥੈਂਕ ਯੂ ਬਾਈ। ਤੇ ਜਦੋਂ ਵੀ ਆਪਣੀ ਮੁਲਾਕਾਤ ਹੋਵੇ ਤੁਸੀਂ ਇੱਕ ਹੋਰ ਬੁਲੰਦੀ ਨੂੰ ਹਾਸਿਲ ਕਰੋ। ਵਾਹਿਗੁਰੂ ਕਰੇ ਬਾਈ। ਤੇ
थैंक यू सो मच, तुम इतने आए हो, बहुत चंगा लगा। थैंक यू भाई, थैंक यू सो मच, सत श्री अकाल।